please subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਮਨਦੀਪ ਕੌਰ ਸਿੱਧੂ. ਵੈਲਕਮ ਟੂ ਦ ਮਨਦੀਪ ਕੌਰ ਸਿੱਧੂ ਸ਼ੋ. ਅੱਜ ਅਸੀਂ ਇੱਕ ਵਾਰ ਫਿਰ ਗੱਲ ਕਰਾਂਗੇ ਹਾਕੀ ਦੀ. ਅੱਜ ਸਾਡੇ ਨਾਲ ਮੌਜੂਦ ਨੇ ਹਾਕੀ ਲੈਜੈਂਡ ਰਜਿੰਦਰ ਸਿੰਘ ਜੀ. ਸੋ ਰਜਿੰਦਰ ਸਿੰਘ ਜੀ ਇਜ਼ ਅ ਫੀਲਡ ਹਾਕੀ ਪਲੇਅਰ ਐਂਡ ਕੋਚ ਐਂਡ ਹੀ ਇਜ਼ ਐਨ ਓਲੰਪੀਅਨ. ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਮੈਂ ਇੱਕ ਓਲੰਪੀਅਨ ਦੀ ਇੰਟਰਵਿਊ ਕਰ ਰਹੀ. ਹੀ ਹੈਜ਼ ਅ ਲੌਂਗ ਲਿਸਟ ਆਫ ਅਵਾਰਡਸ ਟੂ ਹਿਜ਼ ਨੇਮ. ਅਰਜੁਨਾ ਅਵਾਰਡ, ਧਿਆਨ ਚੰਦ ਅਵਾਰਡ, ਦਰੋਣਾਚਾਰਿਆ ਅਵਾਰਡ ਬਾਈ ਪ੍ਰੈਜੀਡੈਂਟ ਆਫ ਇੰਡੀਆ ਐਂਡ ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਈ ਚੀਫ ਮਿਨਿਸਟਰ ਆਫ ਪੰਜਾਬ. ਹੀ ਹੈਜ਼ ਬੀਨ ਕੋਚ ਫਾਰ ਬੋਥ ਇੰਡੀਅਨ ਮੈਨਸ ਹਾਕੀ ਟੀਮ ਐਸ ਵੈਲ ਐਸ ਇੰਡੀਅਨ ਵੁਮੈਨਸ ਹਾਕੀ ਟੀਮ. ਰਜਿੰਦਰ ਸਿੰਘ ਜੀ ਨੈਸ਼ਨਲ ਹਾਕੀ ਅੰਪਾਇਰ ਵੀ ਰਹਿ ਚੁੱਕੇ ਨੇ. ਬਹੁਤ ਸਾਰੇ ਮਾਣ ਮਤੇ ਇਹਨਾਂ ਨੇ ਹਾਸਲ ਕੀਤੇ ਨੇ ਆਪਣੀ ਫੀਲਡ ਦੇ ਵਿੱਚ. ਐਂਡ ਹੀ ਹੈਜ਼ ਕੋਚਡ ਮੋਰ ਦੈਨ 100 ਟ੍ਰੇਨਿੰਗਸ ਟਿਲ ਨਾਓ ਜਿਨ੍ਹਾਂ ਨੇ ਇੰਟਰਨੈਸ਼ਨਲ ਤੇ ਓਲੰਪਿਕਸ ਖੇਡੇ ਆ. ਸੋ ਰਜਿੰਦਰ ਸਿੰਘ ਜੀ, ਵੈਲਕਮ ਟੂ ਦ ਸ਼ੋ. ਥੈਂਕ ਯੂ. ਮੈਨੂੰ ਖੁਸ਼ੀ ਹੋ ਰਹੀ ਹੈ, ਮੇਰੀ ਆਡੀਅੰਸ ਆਈ ਥਿੰਕ ਦੇ ਮਸਟ ਬੀ ਫੀਲਿੰਗ ਵੈਰੀ ਪ੍ਰਾਊਡ. ਅੱਜ ਸਾਡੇ ਕੋਲ ਤੁਸੀਂ ਹਾਕੀ ਲੈਜੈਂਡ ਸਾਡੇ ਜਿਹੜੇ ਆ ਸ਼ੋਅ ਦੇ ਵਿੱਚ ਅੱਜ ਪਹੁੰਚੇ ਨੇ. ਛੋਟੇ ਜਿਹੇ ਕੁਐਸਚਨ ਤੋਂ ਸਟਾਰਟ ਕਰਾਂਗੇ ਜਿਹੜੇ ਕਿ ਸਾਰੇ ਹੀ ਜਾਣਨਾ ਚਾਹੁੰਦੇ ਆ. ਪਿੰਡ ਸਾਡਾ ਕਿਹੜਾ ਸੀ? ਸਮਥਿੰਗ ਅਬਾਊਟ ਯੋਰ ਪੇਰੈਂਟਸ. ਮੇਰਾ ਪਿੰਡ ਸ੍ਰੀ ਨਕੋਦਰ ਤਹਿਸੀਲ ਦੇ ਵਿੱਚ, ਜਲੰਧਰ ਡਿਸਟ੍ਰਿਕਟ ਦੇ ਵਿੱਚ. ਕੈਰੀਅਰ ਵੀ ਉੱਥੇ ਸਟਾਰਟ ਕੀਤਾ ਸਾਰਾ. ਔਰ ਮੇਰੇ ਪੇਰੈਂਟਸ ਸਰਦਾਰ ਪ੍ਰੀਤਮ ਸਿੰਘ, ਮਾਤਾ ਨਰੰਜਨ ਕੌਰ, ਤਿੰਨ ਅਸੀਂ ਭਾਈ ਅਮਰੀਕ ਸਿੰਘ, ਗੁਰਮਿੰਦਰ ਸਿੰਘ ਔਰ ਮਾਈਸੈਲਫ, ਤਿੰਨ ਭੈਣਾਂ ਦਰਸ਼ਨ ਕੌਰ, ਗੁਰਬਾਸ਼ ਕੌਰ ਔਰ ਬਲਜਿੰਦਰ ਕੌਰ. ਇਹ ਸਾਡੀ ਫੈਮਿਲੀ ਹੈ, ਜਿਵੇਂ ਅਸੀਂ ਪਿੰਡ ਸਰੀ ਦੇ ਵਿੱਚ ਹੀ ਰਹਿੰਦੇ. ਗੱਲ ਕਰੀਏ ਹਾਕੀ ਦੀ, ਕਿਉਂਕਿ ਜ਼ਿੰਦਗੀ ਤੇ ਬੜੀ ਲੰਬੀ ਆ, ਬੜਾ ਕੁਛ ਸੁਣਨਾ ਸੀ, ਲੰਬੀ ਇੰਟਰਵਿਊ ਕਰ ਸਕਦੇ ਆ, ਪਰ ਮੈਂ ਕੁਛ ਚੁਣਿੰਦਾ ਕੁਐਸਚਨਸ ਜਿਹੜੇ ਆ ਸਰ ਲਈ ਰੱਖੇ ਨੇ, ਜਿਨ੍ਹਾਂ ਨਾਲ ਸਾਰਾ ਇਹਨਾਂ ਦਾ ਜੀਵਨ ਸਾਨੂੰ ਅੱਜ ਪਤਾ ਲੱਗੇ ਕਿ ਹਾਂ ਇੱਕ ਯੂਨੋ ਹਾਕੀ ਲੈਜੈਂਡ ਤੱਕ ਦਾ ਸਫ਼ਰ ਕਿੱਦਾਂ ਇਹਨਾਂ ਨੇ ਪੂਰਾ ਕੀਤਾ. ਹਾਕੀ ਦੀ ਗੱਲ ਕਰੀਏ, ਹਾਕੀ ਤੁਹਾਡੀ ਪਹਿਚਾਣ ਆ, ਹਾਕੀ ਦਾ ਨਾਮ ਆਵੇ ਤੇ ਤੁਹਾਡਾ ਨਾਮ ਮਨ 'ਚ ਸਟ੍ਰਾਈਕ ਕਰ ਜਾਂਦਾ, ਸਪੈਸ਼ਲੀ ਸਾਡੇ ਏਰੀਆ ਦੇ ਵਿੱਚ. ਜਦੋਂ ਅਸੀਂ ਸੋਚੀਏ ਹਾਕੀ ਨਾਲ ਤੁਸੀਂ ਕਿੱਦਾਂ ਇੰਟਰੋਡਿਊਸ ਹੋਏ? ਜਿਹੜਾ ਪਿੰਡ ਸਰੀ ਹੈ, ਪੰਜਾਬ ਦੀ ਪਹਿਚਾਣ ਆ ਹਾਕੀ ਦੇ ਨਾਮ. ਇਸ ਪਿੰਡ ਦੇ ਵਿੱਚ ਜਿੰਨੇ ਬੱਚੇ ਸੀ ਉਨੇ ਹੀ ਸ਼ਾਮ ਨੂੰ ਹਾਕੀ ਦੀ ਗਰਾਊਂਡ ਦੇ ਵਿੱਚ ਹੁੰਦੇ ਸੀ. ਔਰ ਸਾਡੇ ਤੋਂ ਵੱਡੇ ਜਿਹੜੇ ਸੀਗੇ ਉਹ ਗਰਾਊਂਡ 'ਚ ਹੁੰਦੇ ਸੀ, ਮੇਰੇ ਬ੍ਰਦਰ. ਆਹਿਸਤਾ ਉਹ ਵੀ ਮੈਨੂੰ ਨਾਲ ਲੈ ਕੇ ਜਾਣ ਲੱਗ ਪਿਆ. ਉਹਨਾਂ ਵੱਲ ਦੇਖ ਕੇ ਮੈਨੂੰ ਸ਼ੌਂਕ ਜਾਗ ਗਿਆ. ਔਰ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਸਾਡੇ ਹਾਕੀ ਤਾਂ ਉਸ ਵੇਲੇ ਹੁੰਦੀ ਨਹੀਂ ਸੀ, ਸਿਰਫ ਇੱਕ ਡੰਡੇ ਲੈ ਕੇ ਖੇਡਦੇ ਸੀਗੇ, ਜਾਂ ਦਰਖਤਾਂ ਦੀ ਕੋਈ ਟਾਹਣੀਆਂ ਤੋੜ ਲਈਆਂ ਉਹਨਾਂ ਦਾ ਹਾਕੀ ਵੱਲੋਂ ਜਿਹੜੀਆਂ ਬਣੀਆਂ ਹੁੰਦੀਆਂ ਤੇ ਉਹ ਲੈ ਕੇ ਖੇਡਦੇ, ਕਿਉਂਕਿ ਹਾਕੀ ਨਾ ਹੋਣ ਕਰਕੇ ਅਸੀਂ ਉਹਦੇ ਨਾਲ ਹੀ ਆਪਣਾ ਮਨ ਪਰਚਾਉਂਦੇ. ਈਵਨ ਬਾਲ ਵੀ ਨਹੀਂ ਹੁੰਦੀ ਸਾਡੇ ਕੋਲ ਉਸ ਵੇਲੇ, ਖਿੱਦੋ ਖੁੰਡੀ ਤਾਂ ਹੀ ਇਸ ਨੂੰ ਕਹਿੰਦੇ. ਖਿੱਦੋ ਖੁੰਡੀ ਅਸੀਂ ਬਾਲ ਜਿਹੜੇ ਆ ਕੱਪੜੇ ਦੇ ਬਣਾ ਕੇ ਜਾਂ ਉਸ ਉੱਤੇ ਡੋਰ ਲਪੇਟ ਕੇ ਧਾਗੇ ਨਾਲ ਉਹਦੇ ਨਾਲ ਖੇਡਦੇ ਰਹਿੰਦੇ ਸੀ ਬੱਚੇ. ਪਿੰਡ ਦੇ ਵਿੱਚ ਇੰਨੀ ਜ਼ਿਆਦਾ ਹਾਕੀ ਸੀ ਕਿਉਂਕਿ ਸੰਸਾਰਪੁਰ ਨਾਲੋਂ ਵੀ ਜ਼ਿਆਦਾ ਹਾਕੀ ਸੀ, ਕਿਉਂਕਿ ਸੰਸਾਰਪੁਰ ਦੇ ਤਾਂ ਇੱਕ ਟੱਬਰ ਕੋ ਹਾਕੀ ਸੀ ਫੈਮਿਲੀ ਕੋ, ਲੇਕਿਨ ਸਾਡੇ ਸ੍ਰੀ ਪਿੰਡ ਦੇ ਵਿੱਚ ਹਰ ਫੈਮਿਲੀ 'ਚ ਹਾਕੀ. ਪਲਾਰ ਫੈਮਿਲੀ ਇਹ ਵੀ ਸਾਡੇ ਪਿੰਡ ਤੋਂ 1 ਕਿਲੋਮੀਟਰ ਦੂਰ ਹੈ, ਉੱਥੋਂ ਉੱਠ ਕੇ ਗਏ ਔਰ ਜਾ ਕੇ ਸੰਸਾਰਪੁਰ ਜਾ ਕੇ ਬਸੇ. ਸੋ ਇੰਨੀ ਹਾਕੀ ਸੀ ਕਿ ਹਰ ਬੱਚਾ ਸ਼ਾਮ ਨੂੰ ਗਰਾਊਂਡ ਦੇ ਵਿੱਚ ਮਿਲਦਾ ਸੀ. ਮੈਨੂੰ ਵੀ ਅੱਜ ਪਤਾ ਲੱਗਾ ਕਿ ਸ੍ਰੀ ਇੰਨਾ ਹਾਕੀ 'ਚ ਇੰਨਾ ਫੇਮਸ ਹੈ. ਆਈ ਥਿੰਕ ਕਿ ਪਿੰਡ ਵਾਲਿਆਂ ਨੂੰ ਵੀ ਬੜਾ ਪ੍ਰਾਊਡ ਫੀਲ ਹੋ ਰਿਹਾ ਹੋਏਗਾ. ਤੁਸੀਂ ਦੱਸਿਆ ਕਿ ਸਾਰਾ ਪਿੰਡ ਹੀ ਖੇਡਦਾ ਸੀ ਤੇ ਗਰਲਸ ਵੀ ਖੇਡਦੀਆਂ ਸੀ ਕਿ ਇਕੱਲੇ ਬੋਇਜ਼ ਹੀ ਖੇਡਦੇ? ਨਹੀਂ, ਗਰਲਸ ਦਾ ਉਸ ਵੇਲੇ ਮਾਹੌਲ ਨਹੀਂ ਸੀ, ਕਿਉਂਕਿ ਗਰਲਸ ਨੂੰ ਤਾਂ ਉਸ ਵੇਲੇ ਈਵਨ ਪੜ੍ਹਨ ਵੀ ਤਾਂ ਸ੍ਰੀ ਪਿੰਡ ਤੱਕ 10ਵੀਂ ਪਾਸ ਕੀਤੀ ਉਹਨਾਂ ਤੇ, ਕਾਲਜ ਵੀ ਬਹੁਤ ਘੱਟ ਬੱਚੇ ਜਾਂਦੇ. ਸੋ ਗਰਲਸ ਦਾ ਮਾਹੌਲ ਨਹੀਂ ਸੀ, ਲੜਕਿਆਂ ਦਾ ਬਹੁਤ ਵਧੀਆ ਮਾਹੌਲ ਸੀ. ਜਲੰਧਰ ਤੋਂ ਮੇਨ ਤੋਂ ਕਿੰਨਾ ਦੂਰ ਤੱਕ ਪਿੰਡ? ਦੇਖੋ ਜਲੰਧਰ ਤੋਂ 25 ਕਿਲੋਮੀਟਰ ਪੈ ਜਾਂਦਾ, ਇਸੇ ਹੀ ਕਾਰਨ ਕਰਕੇ ਉੱਥੋਂ ਪਲੇਅਰ ਨਹੀਂ ਨਿਕਲੇ, ਕਿਉਂਕਿ ਜਲੰਧਰ ਤੋਂ ਦੂਰ ਹੋਣ ਕਰਕੇ ਜੋ ਕੋਚਿਸ ਮੋਸਟਲੀ ਅੱਜ ਕੱਲ੍ਹ ਵੀ ਸ਼ਹਿਰਾਂ ਦੇ ਵਿੱਚ ਹੈ. ਸੰਸਾਰਪੁਰ ਨੂੰ ਇਸੇ ਚੀਜ਼ ਦਾ ਐਡਵਾਂਟੇਜ ਹੋਇਆ ਕਿਉਂਕਿ ਉਹ ਕੈਂਟ ਦੇ ਬਿਲਕੁਲ ਨਾਲ ਸੀ, ਉਹਨਾਂ ਦੀਆਂ ਆਰਮੀ ਦੀਆਂ ਗਰਾਊਂਡਾਂ ਵਿੱਚ ਖੇਡਦੇ, ਆਰਮੀ ਕੋਈ ਹਾਕੀ ਸੀ ਉਸ ਟਾਈਮ ਦੀ, ਉਹਨਾਂ ਨੂੰ ਉਸ ਚੀਜ਼ ਦਾ ਐਡਵਾਂਟੇਜ ਹੋਇਆ ਔਰ ਸਰੀ ਪਿੰਡ ਨੂੰ ਦੂਰ ਹੋਣ ਦੇ ਕਰਕੇ ਉਸਦਾ ਡਿਸਐਡਵਾਂਟੇਜ. ਸਪੋਰਟਸ ਤੇ ਐਜੂਕੇਸ਼ਨ ਦਾ ਕਿੱਦਾਂ ਦਾ ਤਾਲਮੇਲ ਰਿਹਾ? ਉਸ ਵੇਲੇ ਟੀਚਰ ਹੀ ਇੰਨੇ ਸਖਤ ਹੁੰਦੇ ਸੀ ਐਜੂਕੇਸ਼ਨ ਵਾਲੇ, ਕਿ ਹਰ ਇੱਕ ਟੀਚਰ ਦਾ ਸੋਟੀ ਹੁੰਦੀ ਸੀ ਉਸ ਵੇਲੇ, ਕਿ ਡਰਦੇ ਹੀ ਬੱਚੇ ਪੜ੍ਹਦੇ ਸੀ. ਜਿਹੜੇ ਟੀਚਰ ਆ ਉਹ ਵੀ ਸਪੋਰਟਸ ਈਵਨ ਸਾਰੇ ਕਰਦੇ ਸੀ. ਕਈ ਵਾਰੀ ਤਾਂ ਸਾਨੂੰ ਮਾਸਟਰ ਪੜ੍ਹਾਉਂਦੇ ਸੀ, ਉਹਨਾਂ ਨਾਲ ਸਾਡਾ ਇੱਕ ਜਾਂ ਦੂਜੇ ਦਿਨ ਮੈਚ ਸਾਡਾ ਹੁੰਦਾ ਸੀ, ਉਹ ਆਪਸ ਵਿੱਚ ਉਹ ਵੀ ਸਾਰੇ ਖੇਡ ਲੈਂਦੇ ਸੀ. ਮਾਹੌਲ ਵਧੀਆ ਮਿਲਿਆ ਕਿਉਂਕਿ ਟੀਚਰ ਵੀ ਖੇਡਦੇ ਸੀ, ਪੜ੍ਹਾਈ ਪੜ੍ਹਾਉਂਦੇ ਵੀ ਸੀ. ਹਾਂਜੀ, ਉਹ ਬੈਕਅਪ ਸਾਡੀ ਜਿਹੜੀ ਕਰਦੇ ਸੀ ਪੂਰੀ. ਨਾਲ ਨਾਲ ਸਪੋਰਟਸ ਖੇਡਦੇ ਰਹੇ ਹੋਗੇ ਤੇ ਜਦੋਂ ਪੜ੍ਹਾਈ ਕੰਪਲੀਟ ਹੋਈ ਸੋਚਿਆ ਹੋਏਗਾ ਕਿ ਕੋਈ ਜੌਬ ਕਰਾਂ, ਉਹ ਵਾਲਾ ਦੌਰ ਕਿੱਦਾਂ ਦਾ ਸੀ? ਆਹਿਸਤਾ ਆਹਿਸਤਾ ਜਦੋਂ ਸਕੂਲ ਦੀ ਅਸੀਂ ਐਜੂਕੇਸ਼ਨ ਪਾਸ ਕੀਤੀ ਹੈ, ਵੀ ਸ਼ੌਂਕ ਲਈ ਜਾਂਦੇ ਪਿੰਡਾਂ ਦੇ ਵਿੱਚ ਹਰ ਟੂਰਨਾਮੈਂਟ ਹੁੰਦਾ, ਖੇਡਣ ਜਾਂਦੇ ਸੀ. ਉੱਥੋਂ ਖੇਡਦੇ ਖੇਡਦੇ ਆਹਿਸਤਾ ਆਹਿਸਤਾ ਜਦੋਂ ਅਸੀਂ ਕਾਲਜ ਲੈਵਲ ਤੇ, ਸਾਡੇ ਕੋਚ ਸੀ ਕਿਰਪਾਲ ਸਿੰਘ ਜੀ ਮਠਾਰੂ, ਉਹ ਜਲੰਧਰ ਤੋਂ ਸੀਗੇ, ਜਲੰਧਰ
ਬਦਨੌਰ ਦੀ ਵੀ ਨਵੀਂ ਪੋਸਟਿੰਗ ਸੀ ਉੱਥੇ ਜਾ ਕੇ ਹੀ ਸਾਨੂੰ ਪਤਾ ਲੱਗਾ ਵੀ ਅਸੀਂ ਜੌਬ ਵੀ ਕਰ ਸਕਦੇ ਹਾਕੀ ਦੇ ਬੇਸ ਤੇ ਤੁਹਾਡੇ ਪਿੰਡ ਤੋਂ ਕੋਈ ਜਾਂ ਆਲੇ ਦੁਆਲੇ ਤੋਂ ਕੋਈ ਓਲੰਪੀਅਨ ਹੈਗਾ ਸੀ ਜਿਹੜਾ ਏਰੀਆ ਇੱਕ ਸਪੋਰਟਸ ਬੈਲਟ ਹੈ ਸਾਡਾ ਜਿਹੜਾ ਏਰੀਆ ਫੁੱਟਬਾਲ ਕਬੱਡੀ ਬਹੁਤ ਵਧੀਆ ਵਧੀਆ ਪਲੇਅਰ ਕਬੱਡੀ ਤੇ ਖਾਸ ਕਰਕੇ ਪੰਜਾਬ ਦੀ ਇੱਕ ਪਿੰਡ ਦੀ ਸਾਡੇ ਪਿੰਡ ਦੀ ਟੌਪ ਦੀ ਕਬੱਡੀ ਲੇਕਿਨ ਹਾਕੀ ਦੇ ਵਿੱਚ ਘੱਟ ਜੌਬ ਮਿਲੀ ਆ ਉਹ ਵੀ ਜਾ ਕੇ ਜੇ ਮਿਲੀ ਤਾਂ ਪੰਜਾਬ ਦੇ ਵਿੱਚ ਨਹੀਂ ਸੀ ਉਸ ਵੇਲੇ ਕੰਪੀਟੀਸ਼ਨ ਬਹੁਤ ਹੁੰਦਾ ਸੀਗਾ ਹਰ ਪਿੰਡ ਚ ਪਲੇਅਰ ਹੁੰਦੇ ਸੀ ਹਾਕੀ ਦੇ ਟੀਮਾਂ ਵੀ ਇੰਨੀਆਂ ਨਹੀਂ ਸੀਗੀਆਂ ਟੀਮ ਜਿੱਦਾਂ ਪੰਜਾਬ ਪੁਲਿਸ ਹੋਈ ਰੇਲਵੇ ਹੋਈ ਜਾਂ BSF ਤਿੰਨ ਟੀਮਾਂ ਸੀ ਇੰਨੀ ਸਮਝ ਨਾ ਹੋਣ ਕਰਕੇ ਫਿਰ ਪਲੇਅਰ ਜਿਹੜਾ ਪਿੰਡ ਚ ਹੀ ਰਹਿ ਜਾਂਦਾ ਸੀਗਾ ਤਿੰਨ ਚਾਰ ਪਲੇਅਰ ਨੌਕਰੀ ਕਰਦੇ ਸੀ ਉਹ ਸਾਡੇ ਤੋਂ ਦੂਰ ਸੀ ਹਰਿਦੁਆਰ ਜਾ ਕੇ ਕਰਦੇ ਸੀ ਜਦੋਂ ਅਸੀਂ ਕਾਲਜ ਦੇ ਵਿੱਚ ਆ ਕੇ ਜਲੰਧਰ ਵਿੱਚ ਅਸੀਂ ਮੈਚ ਲਾਉਣ ਲੱਗੇ ਕਾਲਜ ਦੇ ਵਿੱਚ ਆ ਕੇ ਸਾਨੂੰ ਪਤਾ ਲੱਗਾ ਵੀ BSF ਦੀ ਟੀਮ ਹੈ ਪੰਜਾਬ ਪੁਲਿਸ ਦੀ ਟੀਮ ਇਹਨਾਂ ਨੂੰ ਹਾਕੀ ਦੇ ਬੇਸ ਦੇ ਨੌਕਰੀਆਂ ਮਿਲੀਆਂ ਜੌਬ ਮਿਲੀਆਂ ਪਿੰਡ ਤੋਂ ਇੰਨੀ ਦੂਰ ਆਉਂਦੇ ਹੋਣੇ ਜਲੰਧਰ ਕਿ ਉੱਥੇ ਰਹਿਣ ਲੱਗ ਗਏ ਨਹੀਂ ਅਸੀਂ ਨਕੋਦਰ ਹੀ ਫਿਰ ਪੜ੍ਹੇ ਮੇਰੀ ਸਰ ਜਿਹੜੀ ਮੈਂ ਗ੍ਰੈਜੂਏਸ਼ਨ ਕੀਤੀ ਹੈ ਨਾ ਉਹ ਨਕੋਦਰ ਤੋਂ ਸ਼ਹਿਰ ਆਉਂਦੇ ਸੀ ਕਦੀ ਕਦੀ ਮੈਚ ਖੇਡਣ ਆਉਂਦੇ ਸੀ 15 ਦਿਨਾਂ ਬਾਅਦ 20 ਦਿਨਾਂ ਬਾਅਦ ਤੇ ਨਹੀਂ ਤਾਂ ਜ਼ਿਆਦਾ ਸਾਡੀ ਪ੍ਰੈਕਟਿਸ ਸੀ ਸਾਡੀ ਉਸ ਵੇਲੇ ਜਿਹੜੀ ਗਰਾਊਂਡ ਸੀ ਜਿਹੜੇ ਸਾਡੇ ਕੋਚ ਸਾਹਿਬ ਸੀ ਬਹੁਤ ਜ਼ਿਆਦਾ ਸ਼ੌਂਕ ਸੀ ਕਿਉਂਕਿ ਉਸ ਵੇਲੇ ਜੰਗ ਸੀਗੇ ਪਹਿਲੀ ਪੋਸਟਿੰਗ ਸੀ ਉਹਨਾਂ ਦੀ ਤੇ ਉਹਨਾਂ ਨੇ ਇਹ ਸੋਚਿਆ ਸੀ ਵੀ ਮੈਂ ਇਸ ਇਲਾਕੇ ਦੇ ਵਿੱਚ ਹਾਕੀ ਪੈਦਾ ਕਰਨੀ ਹੈ ਈਵਨ ਉਹਨਾਂ ਦੇ ਕੋਚ ਸੀ ਜਿਹੜੇ ਬੋਧੀ ਸਾਹਿਬ ਗੁਰਬਚਨ ਸਿੰਘ ਬੋਧੀ ਉਹਨਾਂ ਨੇ ਵੀ ਉਹਨੂੰ ਕਿਹਾ ਵੀ ਤੂੰ ਉੱਥੇ ਕੀ ਹਾਕੀ ਕਰਾਏਗਾ ਉੱਥੇ ਤਾਂ ਕਬੱਡੀ ਸੁਣੀ ਆ ਫੁੱਟਬਾਲ ਸੁਣੀ ਆ ਤੇ ਪਹਿਲਵਾਨ ਸੁਣੇ ਆ ਹਾਕੀ ਤਾਂ ਉਸ ਏਰੀਏ 'ਚ ਹੈ ਨਹੀਂ ਲੇਕਿਨ ਉਹਨੂੰ ਪਤਾ ਨਹੀਂ ਸੀ ਉਹ ਕਹਿੰਦਾ ਨਹੀਂ ਮੈਂ ਹਾਕੀ ਜਿਹਨੂੰ ਖਿਲਾਵਾਂਗੇ ਨਾ ਤੇ ਅਸੀਂ ਉਹ ਕੋਚ ਦੀ ਮਿਹਨਤ ਕਰਕੇ ਸਾਡੇ ਇਲਾਕੇ ਦੀ ਟੀਮ ਐਸੀ ਬਣੀ ਕਿ ਅਸੀਂ ਈਵਨ ਗੁਰੂ ਨਾਨਕ ਦੇ ਯੂਨੀਵਰਸਿਟੀ ਦੀਆਂ ਜਿਹੜੀਆਂ ਟੀਮਾਂ ਅੰਮ੍ਰਿਤਸਰ ਜਲੰਧਰ ਸਪੋਰਟਸ ਕਾਲਜ DAV ਕਾਲਜ ਖਾਲਸਾ ਕਾਲਜ ਅਸੀਂ ਇਹਨਾਂ ਨੂੰ ਹਰਾ ਕੇ ਛੋਟੇ ਜਿਹੇ ਕਾਲਜ ਨੇ 2 ਵਾਰ ਚੈਂਪੀਅਨਸ਼ਿਪ ਜਿੱਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਹੁਤ ਵਧੀਆ ਸੋ ਟੀਚਰ ਦਾ ਇਹਨਾਂ ਬੜਾ ਰੋਲ ਹੁੰਦਾ ਹੈ ਇੱਕ ਕੋਚ ਦਾ ਬੜਾ ਰੋਲ ਆ ਮੈਂਟਰ ਦਾ ਬੜਾ ਰੋਲ ਆ ਜਿਵੇਂ ਜਿਵੇਂ ਅਸੀਂ ਲਾਈਫ 'ਚ ਅੱਗੇ ਵੱਧਦੇ ਜਾਂਦੇ ਹਾਂ ਇੱਕ ਮੁਕਾਮ ਹਾਸਿਲ ਕਰਦੇ ਜਾਂਦੇ ਹਾਂ ਉਨੀ ਸਾਡੇ ਅੰਦਰ ਜਿਨ੍ਹਾਂ ਨੇ ਸਾਨੂੰ ਉੱਥੇ ਪਹੁੰਚਾਇਆ ਉਹਨਾਂ ਦੀ ਰਿਸਪੈਕਟ ਉਹਨਾਂ ਦੀ ਛੋਟੀ ਛੋਟੀ ਚੀਜ਼ ਜਿਹੜੀ ਅੰਦਰੋਂ ਵੱਧਦੀ ਜਾਂਦੀ ਕਿ ਟੀਚਰਸ ਦਾ ਕੋਚਿਸ ਦਾ ਪੇਰੈਂਟਸ ਦਾ ਜਿਹੜਾ ਅਸੀਂ ਦੇਣ ਦੇ ਨਹੀਂ ਸਕਦੇ ਜੋ ਸਾਨੂੰ ਦਿੱਤਾ ਜੋ ਐਨਰਜੀ ਉਹਨਾਂ ਨੇ ਸਾਨੂੰ ਉਸ ਟਾਈਮ ਦਿੱਤੀ ਇਟ ਇਜ਼ ਵੈਰੀ ਡਿਫੀਕਲਟ ਪ੍ਰੈਕਟਿਸ ਦੇ ਦੌਰਾਨ ਤੁਹਾਡੇ ਕਿਹੜੇ ਰੋਲ ਮਾਡਲ ਰਹੇ ਕਿਹੜੇ ਕੋਚਿਸ ਰਹੇ ਜਦੋਂ ਅਸੀਂ ਪ੍ਰੈਕਟਿਸ ਦੀ ਗੱਲ ਕਰੀਏ ਜਦੋਂ ਪਿੰਡ ਲੈਵਲ ਤੇ ਖੇਡਦੇ ਸੀਗੇ ਉਸ ਵੇਲੇ ਸੋਹਣ ਸਿੰਘ ਸੀ ਪੁਰਾਣੇ ਜਿਹੜੇ ਪ੍ਰਧਾਨ ਵੀ ਸੀ ਕਲੱਬ ਦੇ ਔਰ ਪਲੇਅਰ ਹੀ ਹੁੰਦੇ ਸੀ ਉਹ ਵੀ ਹੋਰ ਕੁਲਵਿੰਦਰ ਸਿੰਘ ਸੀ ਰਣਧੀਰ ਸਿੰਘ ਸੀ ਸ਼ਰਨਪਾਲ ਸੀ ਔਰ ਕਾਫੀ ਸੀਰੀਅਲ ਕਾਫੀ ਲੰਬੀ ਲਿਸਟ ਕਿਉਂਕਿ ਹਰ ਪਿੰਡ ਘਰ ਦੇ ਵਿੱਚ ਹਾਕੀ ਸੀ ਉਹਨਾਂ ਨੂੰ ਦੇਖ ਕੇ ਅਸੀਂ ਸਕੂਲਾਂ ਚ ਖੇਡਣਾ ਸ਼ੁਰੂ ਕੀਤਾ ਕਾਲਜ ਲੈਵਲ ਤੇ ਆ ਗਿਆ ਕੋਚ ਹੀ ਸੀਗਾ ਜਿਹੜੇ ਮੇਰੇ ਸਰਦਾਰ ਕਿਰਪਾਲ ਸਿੰਘ ਮਠਾਰੂ ਉਸ ਵੇਲੇ ਦੀ ਟੀਮ ਜਿਹੜੀ ਇੰਡੀਅਨ ਯੂਨੀਵਰਸਿਟੀ ਬਣੀ ਸੀ ਕਪਤਾਨ ਗਏ ਸੀ ਆਸਟ੍ਰੇਲੀਆ ਟੂਰ ਤੇ ਕਿਉਂਕਿ ਉਹਦੇ ਵਿੱਚ ਸੁਰਜੀਤ ਸਿੰਘ ਵੀ ਖੇਡਦੇ ਸੀ ਬਲਦੇਵ ਸਿੰਘ ਵੀ ਖੇਡਦੇ ਸੀ ਬੜੇ ਬੜੇ ਨਾਮੀ ਪਲੇਅਰ ਖੇਡੇ ਸੀ ਉਸ ਵੇਲੇ ਸੋ ਉਹਨਾਂ ਦੇ ਕਪਤਾਨ ਸੀ ਉਸ ਵੇਲੇ ਉਹ ਫਿਰ ਰੋਲ ਮਾਡਲ ਬਣ ਗਏ ਵੀ ਸਾਨੂੰ ਕੋਈ ਗਾਈਡ ਵੀ ਉਹਨਾਂ ਨੇ ਕਰਨਾ ਈਵਨ ਫਿਰ ਜਦੋਂ ਅਸੀਂ ਪ੍ਰੈਕਟਿਸ ਮੈਚ ਖੇਡਣੇ ਕਾਲਜ ਦੀ ਤਰਫੋਂ ਜਲੰਧਰ ਆਉਂਦੇ ਸੀ ਸਾਨੂੰ ਅਜੀਤਪਾਲ ਸੁਰਜੀਤ ਇਹ ਸਾਰੇ ਅਸੀਂ ਆਪ ਅਸੀਂ ਉਹਨਾਂ ਨੇ ਖੇਡੇ ਫਿਰ ਵਰਿੰਦਰ ਸਿੰਘ ਹਰਚਰਨ ਸਿੰਘ ਬਲਵੀਰ ਸਿੰਘ ਫਿਰ ਇਹਨਾਂ ਦੇ ਅਗੇਂਸਟ ਅਸੀਂ ਖੇਡੇ ਸਾਨੂੰ ਪਤਾ ਲੱਗਾ ਇਹਨਾਂ ਨੂੰ ਜੋਬ ਮਿਲੀ ਇਹਨਾਂ ਦੀ ਕਿੰਨੀ ਰਿਸਪੈਕਟ ਆ ਕਿ ਅਸੀਂ ਵੀ ਮਿਹਨਤ ਕਰਾਂਗੇ ਤਾਂ ਪਾ ਸਕਦੇ ਇੰਡੀਆ ਤੁਸੀਂ ਖੇਡੇ ਹੈ ਨਾ ਫਸਟ ਟਾਈਮ ਇੰਡੀਆ ਖੇਡੇ ਬਟ ਉਸ ਤੋਂ ਪਹਿਲਾਂ ਦਾ ਸਾਰਾ ਸਫ਼ਰ ਜੇ ਆਪਾਂ ਦੇਖੀਏ ਤੇ ਉਸ ਤੋਂ ਪਹਿਲਾਂ ਕਿਹੜੇ ਕਿਹੜੇ ਪੜਾਅ ਵੀ ਹਾਕੀ ਦੇ ਵਿੱਚ ਪਲੇਅਰ ਬਣਨ ਦੇ ਲਈ ਬਹੁਤ ਕੁਝ ਸਹਿਣਾ ਪੈਂਦਾ ਕਿਉਂਕਿ ਨਾ ਤੁਸੀਂ ਗਰਮੀ ਚ ਰੈਸਟ ਕਰ ਸਕਦੇ ਗਰਮੀ ਵੀ ਸਹਿਣੀ ਪੈਣੀ ਹੈ ਸਰਦੀ ਵੀ ਸਹਿਣੀ ਪੈਣੀ ਹੈ ਮੀਂਹ ਵੀ ਆ ਹਨੇਰੀਆਂ ਵੀ ਨੀਂਦ ਵੀ ਤੁਹਾਨੂੰ ਖਰਾਬ ਕਰਨੀ ਪੈਣੀ ਹੈ ਈਵਨ ਖਾਣਾ ਵੀ ਵਿਹਲੇ ਵੇਲੇ ਕਿਸੇ ਨੇ 10 ਵਜੇ ਖਾਧਾ ਕਿਸੇ ਨੇ 12 ਵਜੇ ਖਾਧਾ ਇਹ ਸਾਰਾ ਕੁਝ ਛੱਡਣਾ ਪੈਂਦਾ ਸੋ ਜਿੰਨਾ ਬਾਡੀ ਨੂੰ ਪੇਨ ਵੀ ਦੇਣੀ ਤਾਂ ਫਿਰ ਗੇਨ ਤਾਂ ਫਿਰ ਹੀ ਹੋਣਾ ਹੈ ਕਾਫੀ ਟਫ ਲਾਈਫ ਅਸੀਂ ਜੀਆ ਕਿਉਂਕਿ ਉਸ ਵੇਲੇ ਤੇ ਮਈ ਜੂਨ ਦੇ ਵਿੱਚ ਵੀ ਮੈਨੂੰ ਯਾਦ ਆ ਕਿ ਪਿੰਡ ਦੇ ਲੋਕ ਵੀ ਕਹਿੰਦੇ ਵੀ ਇਸ ਬੰਦੇ ਨੇ ਕਮਲਾ ਹੋ ਜਾਣਾ ਜਿਹੜੇ ਕਣਕਾਂ ਵੱਢ ਕੇ ਉਸ ਤੋਂ ਬਾਅਦ ਖੇਤ ਤਿਆਰ ਕੀਤੇ ਜਾਂਦੇ ਸੀ ਉਹਨਾਂ ਦੇ ਵਿੱਚ ਵੀ ਮੈਂ ਇੱਕ ਇੱਕ ਘੰਟਾ ਭੱਜਦਾ ਰਿਹਾ ਉਹਦੇ ਵਿੱਚ ਇੰਨੀ ਹਾਰਡ ਲਾਈਫ ਸੀਗੀ ਸੋ ਇਹ ਸਭ ਕੁਛ ਭੁੱਲ ਜਾਂਦਾ ਜਦੋਂ ਤੁਹਾਡਾ ਸਟੈਪ ਬਾਈ ਸਟੈਪ ਤੁਸੀਂ ਉੱਪਰ ਚੱਲਦੇ ਜਾਂਦੇ ਆ ਅਤੇ ਉਹ ਸੋਚ ਕੇ ਪਲੇਅਰ ਹੋਰ ਮਿਹਨਤ ਕਰਦਾ ਮੈਂ ਸਟੈਪ ਅਚੀਵ ਕਰ ਲਿਆ ਅਗਲਾ ਸਟੈਪ ਅਚੀਵ ਕਰਨਾ ਹੋਰ ਹਾਰਡ ਵਰਕ ਕਰਦਾ ਸੋ ਵਾਹਿਗੁਰੂ ਦੀ ਮਿਹਰ ਰਹੀ ਹੈ ਕਿ ਸਟੈਪ ਬਾਈ ਸਟੈਪ ਅਸੀਂ ਚੱਲਦੇ ਗਏ ਫਸਟ ਟਾਈਮ ਜਦੋਂ ਇੰਡੀਆ ਖੇਡਿਆ ਉਹ ਵਾਲਾ ਮੂਮੈਂਟ ਦੱਸੋ ਸਾਨੂੰ ਦੇਖੋ ਫਸਟ ਟਾਈਮ ਮੈਂ ਇੰਡੀਆ ਖੇਡਿਆ ਉਸ ਤੋਂ ਪਹਿਲਾਂ ਮੈਂ 2 ਕੈਂਪ ਲਾ ਚੁੱਕਾ ਸੀ 80 ਓਲੰਪਿਕ ਔਰ 79 ਔਰ 80 ਦਾ ਸਟੈਂਡ ਬਾਈ ਸੀ ਲੇਕਿਨ ਉਸ ਤੋਂ ਬਾਅਦ ਮੈਂ ਫਿਰ ਇੰਡੀਅਨ ਯੂਨੀਵਰਸਿਟੀ ਦਾ ਕਪਤਾਨ ਸੀ ਜਦੋਂ ਬਣਿਆ ਤੇ ਜਲੰਧਰ ਨੈਸ਼ਨਲ ਹੋਈ ਸੀ ਉਹਦੇ ਵਿੱਚੋਂ ਮੇਰੀ ਸਿਲੈਕਸ਼ਨ ਹੋਈ ਟੀਮ ਦੇ ਵਿੱਚ ਉਸ ਵੇਲੇ ਸੁਰਜੀਤ ਹੋਣੀ ਸੀ ਸਾਰੇ ਖੇਡਦੇ ਸੀ ਰਸ਼ੀਆ ਦੀ ਟੀਮ ਆਈ ਸੀ ਨੈਸ਼ਨਲ ਟੀਮ ਉਹਦੇ ਅਗੇਂਸਟ ਮੈਂ 3 ਟੈਸਟ ਮੈਚ ਖੇਡਿਆ ਉਸ ਵੇਲੇ ਮੈਂ ਲੈਫਟ ਆਊਟ ਖੇਡਦਾ ਸੀਗਾ ਫਾਰਵਰਡ ਲਾਈਨ 'ਚ ਮੇਰੀ ਇੰਡੀਅਨ ਟੀਮ ਦੇ ਵਿੱਚ ਸਿਲੈਕਸ਼ਨ ਹੋਈ ਜਦੋਂ ਤੁਸੀਂ ਫਸਟ ਟਾਈਮ ਇੰਡੀਆ ਖੇਡਿਆ ਕਿਹੜਾ ਮੈਚ ਰਸ਼ੀਆ ਦੇ ਅਗੇਂਸਟ ਉਸ ਤੋਂ ਬਾਅਦ ਆਪਣੇ 'ਚ ਕੀ ਬਦਲਾਅ ਦੇਖਿਆ
मिठास भी मिलनी फिर लोग आसा भी वादिया जो वेल विशर है ओलंपिक जाए अगले टूरनामेंट च खेडे हार्ड वर्क भी ज्यादा करना पैना जिदा कहते देसी प्रैक्टिस करते हौली हौली जो अभी देखा आले दुआले उस हिसाब से भी इस लाइन ते जाना सी प्रैक्टिस शुरू की। हुण आपां गल करदे आं गोल्ड सिल्वर पोजीशंस दी मेजर टूरनामेंट्स तुसीं आपने दस्सो कि मेजर टूरनामेंट्स तुसीं कीड़े खेडे तां लई यादगार रह गए ते उहदे विच तुसीं जित्ते। ओलंपिक 84 असीं खेडे, एशियन 82 सिल्वर सी साडा, एशिया कप सिल्वर सीगा, इंटरनेशनल वर्ल्ड चैंपियनशिप सिल्वर सी, अजलान शाह च ब्रॉन्ज मेडल सी, एक ऑस्ट्रेलिया च तुसीं गोल्ड सी। ओह साडा जिहड़ा वेटरन वल्लों भी मैं गया ना, जो वेटरन अबव 35 तो टीम बनती ना उहदे विच मैं इंडिया का कप्तान भी सी, उहदे विच मैं गोल्ड सी, एक साडा वर्ल्ड चैंपियनशिप ब्रॉन्ज मेडल सीगा। एक सब तो वड्डी अचीवमेंट मेरी इह सीगी, इह तां टीम एफर्ट आ, लेकिन टीम एफर्ट दे विच इक नाल इह वी देखदे 83 दे विच इक वर्ल्ड लेवल बणी सी, सारी दुनिया दे विच 11 चुने जांदे, मैनू ओहदे विच वी उहनां ने रख्या सी 11 दे विच, असीं मैच वी खेडे आ टेस्ट मैच वी उहदे नाल। बहुत वड्डी अचीवमेंट है क्योंकि इक तुसीं उह हद तक पहुंचण जिहड़ी कि लिमिट है, ਉੱਥੇ ਤੱਕ ਪਹੁੰਚੇ, ਓਲੰਪਿਕ ਵੀ ਲਿਮਿਟ ਹੈ, ਇੱਕ ਹਾਕੀ ਦੇ ਨਾਂ ਤੇ ਤੁਹਾਡਾ ਇੰਡੀਵਿਜੁਅਲ ਜਿਹੜੀ ਆ ਵਰਲਡ ਲੈਵਲ ਨੂੰ ਖੇਡਣਾ ਬਹੁਤ ਵੱਡੀ ਅਚੀਵਮੈਂਟ ਹੈ, ਉਹ ਵੀ ਖੇਡੇ। ਹੌਲੀ ਹੌਲੀ ਜਦੋਂ ਅਸੀਂ ਇੱਕ ਮੁਕਾਮ ਤੇ ਪਹੁੰਚਦੇ ਹਾਂ ਤੇ ਸਾਡੇ ਯੂਨੋ ਬੜੇ ਫੈਨਸ ਬਣ ਜਾਂਦੇ, ਫੋਲੋਅਰਸ ਬਣ ਜਾਂਦੇ, ਸਾਨੂੰ ਪਿਆਰ ਕਰਨ ਵਾਲੇ ਇੰਨੇ ਯੂਨੋ ਲੋਕ ਬਣ ਜਾਂਦੇ, ਕਈਆਂ ਨੂੰ ਉਹ ਹੋਰ ਡਾਊਨ ਟੂ ਅਰਥ ਕਰ ਦਿੰਦੇ ਕਿਉਂਕਿ ਉਹ ਖੁਸ਼ ਹੁੰਦੇ ਕਿ ਮੈਂ ਕਦੀ ਉੱਥੇ ਸੀ ਤੇ ਅੱਜ ਮੈਂ ਹਨਾ ਡਿਫਰੈਂਟ ਜਗ੍ਹਾ ਤੇ ਸੀ, ਤੇ ਕਈ ਚਲੋ ਜਿੰਨਾ ਚ ਐਟੀਟਿਊਡ ਆ ਜਾਂਦਾ ਉਹ ਤੇ ਅੱਗੇ ਨਹੀਂ ਵੱਧ ਸਕਦੇ, ਸੋ ਨੋਰਮਲੀ ਇਹਨੂੰ ਅੰਦਰੋਂ ਤੁਹਾਨੂੰ ਖੁਸ਼ੀ ਦਿੰਦੇ ਆ, ਸੋ ਤੁਹਾਨੂੰ ਜਿਹੜੇ ਤੁਹਾਡੇ ਦੇਖਣ ਵਾਲੇ ਸੀ, ਤੁਹਾਨੂੰ ਵਾਚ ਕਰਨ ਵਾਲੇ ਸੀ, ਤੁਹਾਡੇ ਫੈਨ ਸੀ, ਉਹਨਾਂ ਨਾਲ ਤੁਹਾਡਾ ਕਿੱਦਾਂ ਦਾ ਰਿਲੇਸ਼ਨ ਰਿਹਾ, ਕੋਈ ਇੰਸੀਡੈਂਟ ਜਿਹੜਾ ਤੁਹਾਨੂੰ ਯਾਦ ਹੋਵੇ ਕਿ ਹਾਂ ਇਹ ਵਕਤ ਚੀਜ਼ ਤੇ, ਕਿਉਂਕਿ ਜਦੋਂ ਫੈਨ ਤੁਹਾਡੇ ਸਾਹਮਣੇ ਆਉਂਦਾ ਤੁਹਾਨੂੰ ਆਪਣਾ ਪਿਆਰ ਦਿਖਾਉਂਦਾ ਨਾ, ਉਹ ਵੀ ਤੁਹਾਨੂੰ ਬੜਾ ਮੋਟੀਵੇਟ ਕਰਦਾ। ਪਿਆਰ ਤਾਂ ਸਾਨੂੰ ਬਹੁਤ ਮਿਲਿਆ ਜਿਹੜੇ ਸਾਡੇ ਬੈਲ ਵਿਸ਼ਰ ਹੈ ਮੇਰੇ ਸੀਗੇ, ਪਹਿਲੇ ਤਾਂ ਬੈਲ ਵਿਸ਼ਰ ਟੀਮਾਂ ਵਾਲੇ ਹੁੰਦੇ ਆ ਜਿਹਨਾਂ ਦੇ ਅਸੀਂ ਅਗੇਂਸਟ ਵੀ ਖੇਡਦੇ ਸੀ, ਉਹ ਵੀ ਪਿਆਰ ਦਿੰਦੇ ਸੀਗੇ, ਐਕਸਪੈਕਟੇਟਰ ਤਾਂ ਹੁਣ ਦਿੰਦੇ ਹੀ ਆ ਕਿਉਂਕਿ ਪਲੇਅਰ ਇੱਕ ਆਪਣੀ ਗੇਮ ਚੰਗੀ ਸ਼ੋ ਕਰਨ ਨਾਲ ਸ਼ਾਬਾਸ਼ ਮਿਲਦੀ। ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਇੰਨੀਆਂ ਆਫਰਾਂ ਸੀਗੀਆਂ ਜੋਬ ਦੀਆਂ, ਉਹ ਤੋਂ ਪਤਾ ਲੱਗਦਾ ਮੇਰੇ ਲਈ ਕਿੰਨੇ ਵੈਲ ਵਿਸ਼ਰ ਹੈ। ਮੈਨੂੰ ਹਰ ਡਿਪਾਰਟਮੈਂਟ ਨੇ ਆਫਰ ਕੀਤੀ ਜਦੋਂ ਮੈਂ ਖੇਡਦਾ ਸੀ, ਬੰਬੇ ਕਸਟਮ, ਦਿੱਲੀ ਕਸਟਮ, ਆਫਰ ਲੈਟਰਾਂ ਮੇਰੇ ਕੋਲ ਰਹੀਆਂ, BSF ਰੇਲਵੇ ਚ ਮੈਂ ਰਿਹਾ ਇੱਕ ਸਾਲ, ਫਿਰ ਪੰਜਾਬ ਪੁਲਿਸ ਚ 5 ਸਾਲ ਕੰਮ ਕੀਤੇ, ਫਿਰ ਬੈਂਕ ਚ ਕੀਤੇ ਆ, ਸਟੇਟ ਬੈਂਕ ਦੀ ਵੀ ਮੈਨੂੰ ਪ੍ਰੋਵੇਸ਼ਨਲ ਅਫਸਰ ਮਿਲੀ ਜਿਹਦੇ 5 ਇੰਕਰੀਮੈਂਟਾਂ ਨਾਲ ਦਿੱਤੀਆਂ ਉਹਨਾਂ ਨੇ, ਮੈਂ ਉਹ ਵੀ ਨਹੀਂ ਜੁਆਇਨ ਕਰ ਸਕਿਆ ਕਿਉਂਕਿ ਮੈਨੂੰ ਪੁਲਿਸ ਨੇ ਨਹੀਂ ਛੱਡਿਆ। ਸੋ ਮੈਨੂੰ ਹਰ ਡਿਪਾਰਟਮੈਂਟ ਦੀ ਆਫਰ ਸੀ ਕਿਉਂਕਿ ਇੱਕ ਚੰਗਾ ਪਲੇਅਰ ਹੋਣ ਦੇ ਉਹ ਸਮਝਦੇ ਸੀ ਮੈਨੂੰ, ਮਾਹੌਲ ਦੇ ਹਿਸਾਬ ਨਾਲ ਮੈਂ ਠੀਕ ਉਹਨਾਂ ਲਈ ਸੀਗਾ। ਫਿਰ ਜਦੋਂ ਅਸੀਂ ਓਲੰਪਿਕ ਖੇਡਣ ਗਏ ਆ, ਉੱਥੇ ਤਾਂ ਇੰਨੇ ਐਕਸਪੈਕਟਰ ਸੀਗੇ, ਲਾਈਕ ਕਰਦੇ ਸੀ, ਈਵਨ ਉਹ ਮੈਨੂੰ ਗਰਾਊਂਡ ਦੇ ਵਿੱਚ ਵੀ ਆ ਗਿਆ, ਹਾਲਾਂਕਿ ਸਾਡੇ ਲਈ ਬੰਦਾ ਹੀ ਸੀ ਵੀ ਉਸ ਵੇਲੇ 84 ਦਾ ਮਾਹੌਲ ਜਿਹੜਾ ਠੀਕ ਨਹੀਂ ਸੀਗਾ, ਫਿਰ ਸਾਨੂੰ ਵੀ ਉਹਨਾਂ 'ਚ ਜਾਣਾ ਪਿਆ ਵੀ ਸਾਰੇ ਰਨ ਸੀ ਵੀ ਚਲੇ ਗਏ। ਸੋ ਇਸ ਕਰਕੇ ਵੀ ਐਕਸਪੈਕਟਰੇਟਰ ਤਾਂ ਅਜੇ ਤੱਕ ਵੀ ਬਹੁਤ ਪਿਆਰ ਦੇ ਰਿਹਾ, ਸੋ ਜਿਹੜੇ ਕਿਉਂਕਿ ਬੱਚੇ ਵੀ ਛੋਟੇ ਈਵਨ 8-10 ਸਾਲ ਤੋਂ ਲੈ ਕੇ ਹੁਣ ਵੀ ਏਜਡ ਉਹ ਪਿਆਰ ਕਰਦੇ ਨੇ। ਫਸਟ ਟਾਈਮ ਜਦੋਂ ਤੁਸੀਂ ਪਲੇਨ ਦਾ ਸਫ਼ਰ ਕੀਤਾ ਤੇ ਉਹ ਤੁਹਾਡਾ ਮੂਮੈਂਟ ਕਿੱਦਾਂ ਦਾ ਸੀ, ਕਿੱਥੇ ਗਏ ਸੀ ਤੁਸੀਂ ਉਦੋਂ? ਦੇਖੋ ਫਸਟ ਸਾਡਾ ਲੰਬਾ ਟੂਰ ਸੀ, ਇੱਕ ਮਹੀਨੇ ਦਾ ਪਹਿਲਾਂ ਮਲੇਸ਼ੀਆ ਗਏ ਹਾਕੀ ਜੀ, ਤੁਸੀਂ ਫਸਟ ਟਾਈਮ ਪਲੇਨ ਤੇ? ਹਾਂਜੀ, ਮਲੇਸ਼ੀਆ ਗਏ, ਫਿਰ ਅਸੀਂ ਅਸੰਡਾ ਵਰਲਡ ਚੈਂਪੀਅਨਸ਼ਿਪ ਖੇਡੀ ਆਸਟ੍ਰੇਲੀਆ ਦੇ ਵਿੱਚ ਜਾ ਕੇ, ਫਿਰ ਨਿਊਜ਼ੀਲੈਂਡ। ਸੋ ਇਹ ਇੱਕ ਵੱਖਰਾ ਨਜ਼ਾਰਾ ਕਿਉਂਕਿ ਪਹਿਲੀ ਵਾਰੀ ਸਫ਼ਰ ਕੀਤਾ ਸੀ ਬਾਈ, ਈਅਰ ਕਿਹੜਾ ਸੀ ਉਹ? 82 ਦਾ। ਉਸੇ ਚੀਜ਼ਾਂ ਤੋਂ ਕਈ ਪਲੇਅਰ ਲੈ ਲੈਂਦੇ ਆਪਣੇ ਆਪ ਨੂੰ, ਬਹੁਤ ਹੋਰ ਹਾਰਡ ਵਰਕ ਕਰਦੇ ਆ ਕਿ ਭਈ ਮੇਰੇ ਲਈ ਬਹੁਤ ਵਧੀਆ, ਮੈਂ ਇਸ ਮੁਕਾਮ ਨੂੰ ਜੋ ਮੇਨਟੇਨ ਕਰਾਂ ਆਪਣੇ ਤੇ ਇੱਥੇ ਬਣਿਆ ਰਹਾਂ। ਟਰਬਨ ਤੁਸੀਂ ਆਪਣੀ ਰੱਖੀ ਹੈ ਨਾ ਪੂਰਾ ਆਪਣਾ, ਇਹਦੇ ਵਿੱਚ ਤੁਹਾਨੂੰ ਕੀ ਵੱਖਰੀ ਪਹਿਚਾਣ ਫੀਲ ਹੋਈ? ਕਿਉਂਕਿ ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ, ਇੰਨੀ ਵੱਡੀ ਟੀਮ ਆ ਤੇ ਤੁਸੀਂ ਟਰਬਨ ਆਪਣੀ ਰੱਖੀ ਆ, ਆਪਣੇ ਕੇਸ ਰੱਖੇ ਨੇ। ਈਵਨ ਜਦੋਂ ਹੁਣ ਜਿੱਦਾਂ ਮੈਂ US ਜਾਂਦੀ ਹਾਂ, ਕਿਤੇ ਵੀ ਮੈਂ ਜਾਂਦੀ ਤੇ ਮੈਂ ਦੇਖਦੀ ਕਿ ਅੱਛਾ ਅਸੀਂ ਸਪੋਜ਼ ਦੁਬਈ ਏਅਰਪੋਰਟ ਤੇ ਜਾਂ ਕੈਨੇਡਾ ਏਅਰਪੋਰਟ ਤੇ, ਅਸੀਂ ਦੂਰੋਂ ਦੇਖਦੇ ਹਾਂ ਕਿ ਅੱਛਾ ਉਹ ਪਾਇਲਟ ਸਰਦਾਰ ਆ, ਤੇ ਉਹ ਇੱਕ ਵੱਖਰੀ ਜਿਹੜਾ ਪਹਿਚਾਣ ਬਣਦੀ। ਸੋ ਬਹਾਦਰ ਗਣੇ ਜਾਂਦੇ ਸਾਡੀ ਆਈਡੈਂਟੀਫਿਕੇਸ਼ਨ ਹੈ। ਈਵਨ ਮੈਂ ਅੱਜ ਤੱਕ ਜਿਹੜੀ ਅੱਜ ਕੱਲ ਹੈਟ ਵੀ ਪਾਉਂਦੇ ਨਾ, ਮੈਂ ਉਹਨੂੰ ਵੀ ਨਫ਼ਰਤ ਕਰਦਾ, ਮੈਂ ਉਹ ਵੀ ਨੀ ਪਾਉਂਦਾ, ਨਾ ਮੇਰੇ ਘਰ ਦੇ ਪਾਉਣ ਦਿੰਦੇ ਆ ਕਿਉਂਕਿ ਮੇਰੀ ਮਾਤਾ ਬੜੀ ਸਟ੍ਰਿਕਟ ਇਸ ਕੰਮ ਚ, ਉਹਨਾਂ ਨੇ ਅੰਮ੍ਰਿਤ ਛਕਿਆ। ਉਹ ਕਿ ਮੇਰਾ ਆਪਣਾ ਦਿਲ ਨਹੀਂ ਕਰਦਾ ਵੀ ਇਹਨਾਂ ਦੇ ਮਨ ਨੂੰ ਵੀ ਠੇਸ
ਐਸ ਪਹੁੰਚੂਗੀ ਬਾਰਾ ਕਿਤੇ ਟੋਪੀ ਸਿਰ ਤੇ ਰੱਖੀ ਆ ਇਸ ਪੱਗ ਦੇ ਕਰਕੇ ਦੁਨੀਆਂ ਚ ਪਹਿਚਾਣ ਈਵਨ ਪੱਗ ਕੇ ਜਦ ਅਸੀਂ ਰੁਮਾਲ ਬੰਨ ਕੇ ਗਰਾਊਂਡ ਚ ਵੜਦੇ ਹਾਂ ਤਾਂ ਪਾਕਿਸਤਾਨ ਜਾਂ ਹੋਰ ਸਾਰਿਆਂ ਨੂੰ ਇਹ ਹੁੰਦਾ ਸੀ ਵੀ ਪੰਜਾਬੀ ਆ ਇਹਨਾਂ ਤੋਂ ਬਚ ਕੇ ਹਾਂ ਇਹਨਾਂ ਤੋਂ ਹਾਂ ਇੰਡੀਆ ਵਾਲੇ ਪੰਜਾਬੀ ਹਾਂ ਇੰਡੀਆ ਵਾਲੇ ਪੰਜਾਬੀ ਆ ਉਹ ਪਾਕਿਸਤਾਨੀਆਂ ਤੇ ਜਾਂ ਹੋਰਾਂ ਦੇ ਰੁਮਾਲ ਦਾ ਬਹੁਤ ਪ੍ਰਭਾਵ ਸੀ ਉਸ ਟਾਈਮ ਤੇ ਤੇ ਉਹ ਤੁਹਾਡੀ ਜਿਹੜੀ ਆ ਗੇਮ ਆ ਉਹਨੂੰ ਹੋਰ ਜਿਆਦਾ ਉਤਸ਼ਾਹਿਤ ਕਰਦੀ ਲਹਿੰਦਾ ਪੰਜਾਬ ਵਾਲੇ ਵੀ ਬੜੇ ਸਾਰੇ ਨਾਈਸ ਆ ਬੜੇ ਫੈਨ ਬਣ ਜਾਂਦੇ ਆ ਕਿਉਂਕਿ ਆਪਾਂ ਪੰਜਾਬੀ ਬੋਲਦੇ ਆ ਨਾ ਸੋ ਦੇ ਆਲਸੋ ਗੈਟ ਨਹੀਂ ਅਸੀਂ ਇਕੱਠੇ ਜਦੋਂ ਗੇਮ ਦੇ ਵਿੱਚ ਅਸੀਂ ਜ਼ਰੂਰ ਲੜਦੇ ਸੀ ਉਹਨਾਂ ਨਾਲ ਉਹ ਵੀ ਸਾਡੇ ਲੜਦੇ ਗਾਲੀ ਗਲੋਚ ਵੀ ਚੱਲਦਾ ਸੀ ਕਿਉਂਕਿ ਪੰਜਾਬੀ ਸੀ ਚੱਲਦਾ ਹੀ ਆ ਲੇਕਿਨ ਜਦੋਂ ਸ਼ਾਮ ਨੂੰ ਇਕੱਠੇ ਅਸੀਂ ਡਾਇਨਿੰਗ ਹਾਲ ਦੇ ਵਿੱਚ ਇਕੱਠੇ ਬਹਿੰਦੇ ਸੀ ਤਾਂ ਉਹਨਾਂ ਨਾਲ ਹਾਸਾ ਮਖੌਲ ਵੀ ਚੱਲਦਾ ਸੀ ਤੇ ਉਹ ਹੋਰ ਤਰ੍ਹਾਂ ਦੀਆਂ ਵੀ ਗੱਲਾਂ ਕਰਦੇ ਸੀ ਤੁਸੀਂ ਨਾ ਹੋਵੋ ਤਾਂ ਅਸੀਂ ਇਹ ਕਰਦੇ ਆ ਤੁਸੀਂ ਨਾ ਹੋਵੋ ਤਾਂ ਅਸੀਂ ਇਹ ਕਰਦੇ ਉਹ ਤਾਂ ਪੰਜਾਬੀਆਂ ਦਾ ਹਜੇ ਵੀ ਉਹ ਜਿਹੜੇ ਵਰਲਡ ਲੈਵਲ ਦੇ ਉੱਤੇ ਸਾਡਾ ਪ੍ਰਭਾਵ ਹੈ ਉਹ ਸਾਰੇ ਨੂੰ ਪਤਾ ਹੈ ਕਿਉਂਕਿ ਮੇਰੇ ਪੇਜ ਤੇ ਨਾ ਲਹਿੰਦਾ ਪੰਜਾਬ ਤੋਂ ਵੀ ਕਿਉਂਕਿ ਅਸੀਂ ਪੰਜਾਬੀ ਬੋਲਦੇ ਸ਼ੋਅ ਪੰਜਾਬੀ ਚੱਲਦੇ ਸੋ ਸਾਡੇ ਸਰੋਤੇ ਜਿਹੜੇ ਆ ਮੌਜੂਦ ਆ ਖਾਸ ਸਵਾਲ ਨਹੀਂ ਵਾਲਾ ਕਿ ਦੋ ਤਿੰਨ ਤਰ੍ਹਾਂ ਦੀਆਂ ਸਾਡੀਆਂ ਇੰਜਰੀਜ਼ ਹੁੰਦੀਆਂ ਵਾ ਆਪਾਂ ਜਦੋਂ ਮੈਂਟਲੀ ਵੀ ਡਿਸਟਰਬ ਹੋ ਜਾਂਦੇ ਉਹ ਵੀ ਇੱਕ ਇੰਜਰੀ ਆ ਸਾਡੀ ਬੋਡੀ ਨੂੰ ਕਿਉਂਕਿ ਅਸੀਂ ਕੰਮ ਨਹੀਂ ਕਰ ਪਾਉਂਦੇ ਹਰ ਇੱਕ ਫੀਲਡ ਵਿੱਚ ਚਲੋ ਸਪੋਰਟਸ ਨਹੀਂ ਆ ਕੋਈ ਆਪਣੀ ਕਾਰਪੋਰੇਟ ਜੋਬ ਕਰ ਰਿਹਾ ਕੋਈ ਕੁਛ ਕਰ ਰਿਹਾ ਹੈ ਨਾ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਫੈਮਿਲੀ ਪ੍ਰੋਬਲਮਸ ਆਉਂਦੀਆਂ ਨੇ ਮੈਂਟਲ ਪ੍ਰੋਬਲਮਸ ਆਉਂਦੀਆਂ ਫਿਜ਼ੀਕਲ ਪ੍ਰੋਬਲਮਸ ਆਉਂਦੀਆਂ ਬੱਚੇ ਜਿਹੜੇ ਆ ਉਹ ਇਹਨੂੰ ਗਿਵ ਅਪ ਕਰ ਜਾਂਦੇ ਆ ਉਹਨਾਂ ਦਾ ਮੂਡ ਸਵਿੰਗ ਆ ਜਾਂਦਾ ਬਟ ਇੱਕ ਜਿਹੜਾ ਪਲੇਅਰ ਆ ਜਿਹੜਾ ਇੰਨੇ ਗੁੱਡ ਲੈਵਲ ਤੇ ਕੰਮ ਕਰ ਰਿਹਾ ਇਹਨੂੰ ਇੰਟਰਨੈਸ਼ਨਲ ਖੇਡ ਰਿਹਾ ਨੈਸ਼ਨਲ ਖੇਡ ਰਿਹਾ ਹਰ ਟਾਈਮ ਉਹ ਮੂਮੈਂਟ ਬਣਾ ਕੇ ਰੱਖਣਾ ਭਾਵੇਂ ਫਿਜ਼ੀਕਲ ਇੰਜਰੀ ਵੀ ਹੋਵੇ ਤੇ ਮੈਨੂੰ ਲੱਗਦਾ ਉਹਨੂੰ ਛੁਪਾਉਣੀ ਪੈਂਦੀ ਹੈ ਜਿੱਦਾਂ ਸਾਨੂੰ ਮੈਂਟਲ ਇੰਜਰੀ ਛੁਪਾਉਣੀ ਪੈਂਦੀ ਨਾ ਕਿ ਨਹੀਂ ਮੇਰਾ ਮੂਡ ਠੀਕ ਆ ਸੋ ਉਦਾਂ ਹੀ ਫਿਜ਼ੀਕਲ ਇੰਜਰੀ ਛੁਪਾਉਣੀ ਪੈਂਦੀ ਸੋ ਇਹਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਆਪਣੇ ਜਿਹੜੇ ਜੂਨੀਅਰਸ ਆ ਉਹਨਾਂ ਨੂੰ ਕਿੱਦਾਂ ਟੀਚ ਕਰਦੇ ਹੋ ਇੱਕ ਹਾਈ ਲੈਵਲ ਤੇ ਪਹੁੰਚਣ ਲਈ ਦੇ ਲਈ ਤੁਹਾਡਾ ਕਿ ਜਿਹੜਾ ਸਪੋਰਟਸ ਦੇ ਵਿੱਚ ਖਾਸ ਕਰਕੇ ਕਿਉਂਕਿ ਫਿਜ਼ੀਕਲ ਵਰਕ ਕਰਨਾ ਪੈਂਦਾ ਬਾਕੀ ਆਫਿਸ ਦੇ ਵਰਕ ਤਾਂ ਚੱਲ ਜਾਂਦੇ ਲੇਕਿਨ ਜਦੋਂ ਤੁਸੀਂ ਐਗਜੀਕਿਊਟ ਕਰਨਾ ਉਹਦੇ ਵਿੱਚ ਤੁਹਾਨੂੰ ਮੈਂਟਲੀ ਬਹੁਤ ਜ਼ਿਆਦਾ ਟਫ ਹੋਣਾ ਪੈਂਦਾ ਇੱਕ ਉਹੀ ਚੰਗਾ ਪਲੇਅਰ ਹੋਣਾ ਜਿਹੜਾ ਮੈਂਟਲੀ ਬਹੁਤ ਟਫ ਹੈ ਮੈਂਟਲੀ ਟਫ ਹੋਣਾ ਤਾਂ ਹੀ ਤਾਂ ਉਹ ਮੀਂਹ ਦੇ ਵਿੱਚ ਕਣੀ ਦੇ ਵਿੱਚ ਜਾਂ ਬਰਸਾਤ ਦੇ ਵਿੱਚ ਹਨੇਰੀਆਂ ਦੇ ਵਿੱਚ ਗਰਮੀ ਦੇ ਵਿੱਚ ਹਰ ਸਿਚੁਏਸ਼ਨ ਦੇ ਹਿਸਾਬ ਵਿੱਚ ਉਹ ਕੰਮ ਕਰਦਾ ਤਾਂ ਉਹ ਇੰਨਾ ਮੈਂਟਲੀ ਟਫ ਹੋ ਜਾਂਦਾ ਉਹਨੂੰ ਆਪਣੇ ਆਪ 'ਤੇ ਇੰਨਾ ਕੌਨਫੀਡੈਂਸ ਆ ਜਾਂਦਾ ਹੈ ਉਹ ਕੌਨਫੀਡੈਂਸ ਹੀ ਇੱਕ ਪਲੇਅਰ ਨੂੰ ਉੱਪਰ ਤੱਕ ਲੈ ਕੇ ਜਾਂਦਾ ਇੰਜਰੀ ਕਿਉਂਕਿ ਉਹ ਸਾਡੇ ਵੇਲੇ ਤਾਂ ਕੰਪੀਟੀਸ਼ਨ ਬਹੁਤ ਸੀ ਹਰ ਪੋਜੀਸ਼ਨ ਦੇ ਉੱਤੇ ਚਾਰ ਚਾਰ ਪੰਜ ਪੰਜ ਪਲੇਅਰ ਇੱਕੋ ਜਿਹੇ ਹੁੰਦੇ ਸੀਗੇ 11 ਪੋਜੀਸ਼ਨਾਂ ਤੇ ਪੰਜ ਪੰਜ ਪਲੇਅਰ ਉਸ ਵੇਲੇ ਇਹ ਵੀ ਹੁੰਦਾ ਸੀ ਜਿੱਦਾਂ ਤੁਸੀਂ ਕਿਹਾ ਲੁਕਾਉਣਾ ਪੈਂਦਾ ਇੰਜਰੀ ਵੀ ਲੁਕਾਉਣੀ ਪੈਂਦੀ ਸੀਗੀ ਵੀ ਮੈਂ ਅੱਜ ਇਹਨੂੰ ਚਾਂਸ ਦੇ ਦਿੱਤਾ ਨਾ ਕੱਲ ਨੂੰ ਇਹ ਚੰਗਾ ਖੇਡ ਜਾਏਗਾ ਮੇਰੇ ਨਾਲ ਵੀ ਤਾਂ ਮੇਰਾ ਛੁੱਟੀ ਹੋ ਜਾਣੀ ਟੀਮ ਤੋਂ ਸੋ ਇੰਜਰੀ ਹੋਣ ਦੇ ਬਾਵਜੂਦ ਮੈਂਟਲੀ ਟਫ ਹੋਣ ਕਰਕੇ ਸਾਨੂੰ ਖੇਡਣਾ ਪੈਂਦਾ ਸੀ ਸਾਰਿਆਂ ਤੇ ਆਪਣੀ ਟੀਮ ਲਈ ਵੀ ਇੱਕ ਇੱਕ ਟੀਮ ਸਪਿਰਿਟ ਹੁੰਦੀ ਪਿੱਛੇ ਇਹ ਹੀ ਹੁੰਦਾ ਸੀ ਮੈਂ ਆਪਣੀ ਟੀਮ ਨੂੰ ਜਿਤਾਉਣਾ ਚਾਹੇ ਮੈਂ ਇੰਜਰਡ ਆ ਨਹੀਂ ਮੈਂ ਖੇਡੂੰਗਾ ਕਿਉਂਕਿ ਇੱਕ ਚੰਗੇ ਕਿਉਂਕਿ ਜਦੋਂ ਮੈਂ ਓਲੰਪਿਕ ਜਾਂ ਇੰਡੀਆ ਵੱਲੋਂ ਖੇਡ ਚੁੱਕਾ ਉਹਦੇ ਵਿੱਚ ਮੈਂ ਡਿਪਾਰਟਮੈਂਟ ਲਈ 43 ਸਾਲ ਦੀ ਉਮਰ ਤੱਕ ਮੈਂ ਖੇਡਦਾ ਰਿਹਾ ਏ ਕਲਾਸ ਹਾਕੀ ਉਹ ਅਸੀਂ ਇੱਕ ਕਿਸਮ ਦੇ ਜਿਹੜੇ ਨਵੇਂ ਬੱਚੇ ਯੰਗ ਪਲੇਅਰ ਸੀ ਉਹ ਅਸੀਂ ਰੋਲ ਮਾਡਲ ਸੀ ਅਗਰ ਅਸੀਂ ਹਥਿਆਰ ਸੁੱਟਦੇ ਤੋਂ ਪਹਿਲਾਂ ਸੁੱਟਣਗੇ ਸੋ ਇੱਕ ਜਿੱਦਾਂ ਫੌਜ ਦੇ ਵਿੱਚ ਆਰਮੀ ਆਫਿਸਰ ਨੂੰ ਲੜਨਾ ਪੈਂਦਾ ਸਾਨੂੰ ਮੋਹਰੇ ਹੋ ਕੇ ਅਸੀਂ ਜਾਣਾ ਪੈਂਦਾ ਜੀ ਰਨਿੰਗ ਵੀ ਕਰਨੀ ਆ ਟਾਈਮ ਤੇ ਵੀ ਜਾਣਾ ਆ 5 ਮਿੰਟ ਪਹਿਲਾਂ ਜਾਣਾ ਆ ਸੋ ਹਰ ਚੀਜ਼ ਸਾਨੂੰ ਕਰਕੇ ਵਿਖਾਉਣੀ ਪੈਂਦੀ ਤਾਂ ਹੀ ਸਾਡੇ ਮਗਰ ਉਹ ਚੱਲਣਗੇ ਸੋ ਜਿਹਦਾ ਕਿ ਅੱਜ ਤੱਕ ਸਾਨੂੰ ਮੈਨੂੰ ਰਿਜ਼ਲਟ ਉਹਦਾ ਵਧੀਆ ਮਿਲ ਰਿਹਾ ਉਹ ਵੀ ਨਾ ਇੱਕ ਸਚਿਨ ਤੇਂਦੁਲਕਰ ਵਾਲਾ ਵੀ ਹੈਗਾ ਸੀ ਕਿ ਨੱਕ ਤੇ ਬਾਲ ਲੱਗੀ ਉਦੋਂ ਵੀ ਸ਼ਾਇਦ ਅੰਡਰ 19 ਪਾਕਿਸਤਾਨ ਦਾ ਵੀ ਮੈਚ ਹੀ ਉਹਨਾਂ ਦਾ ਤੇ ਦੈਨ ਆਲਸੋ ਖੂਨ ਵਗਿਆ ਪੂਰਾ ਤੇ ਕਹਿੰਦੇ ਮੈਂ ਖੇਡਾਂਗਾ ਮੇਰਾ ਅਗਲਾ ਕੁਐਸਚਨ ਇਹੀ ਸੀ ਤੁਸੀਂ ਥੋੜਾ ਕਵਰ ਕਰ ਦਿੱਤਾ ਹੈ ਕਿ ਤੁਸੀਂ ਇਹੋ ਜਿਹਾ ਕੋਈ ਮੂਮੈਂਟ ਕਿ ਵਾਕਈ ਤੁਹਾਨੂੰ ਤੁਸੀਂ ਬੜੀ ਪੇਨ ਚ ਤੁਸੀਂ ਛੁਪਾਇਆ ਤੇ ਫਿਰ ਵੀ ਤੁਸੀਂ ਖੇਡੇ ਕਿਉਂਕਿ ਇਹ ਤੁਸੀਂ ਬਹੁਤ ਵਾਰੀ ਕੀਤਾ ਹੋਏਗਾ ਨਹੀਂ ਬਹੁਤ ਵਾਰੀ ਨਹੀਂ ਮੇਜਰ ਟੂਰਨਾਮੈਂਟ ਚ ਕੀਤਾ ਲੇਕਿਨ ਦੇਖੋ ਮੈਂ 83 ਦੇ ਵਿੱਚ ਜਰਮਨੀ ਖੇਡ ਕੇ ਆਇਆ ਉੱਥੇ ਠੰਡਾ ਮੌਸਮ ਸੀਗਾ ਉੱਥੇ ਅਸੀਂ ਫਾਈਨਲ ਖੇਡੇ ਆਸਟ੍ਰੇਲੀਆ ਨਾਲ ਸਾਰੀਆਂ ਟੀਮਾਂ ਨੂੰ ਹਰਾ ਕੇ ਉੱਥੇ ਮੇਰੇ ਇੰਜਰੀ ਹੋ ਗਈ ਜਿਹੜੀ ਰੀੜ ਦੀ ਹੱਡੀ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਾਂ ਮਸਲ ਚ ਆ ਗਈ ਉਹਦੇ ਵਿੱਚ 15 ਦਿਨ ਦੀ ਬ੍ਰੇਕ ਸੀ 15 ਦਿਨਾਂ ਬਾਅਦ ਸਾਡੇ 84 ਓਲੰਪਿਕ ਦੇ ਟ੍ਰਾਇਲ ਸੀਗੇ ਤੇ ਉਸ ਵੇਲੇ ਪੰਜਾਬ ਲਈ ਸੀ ਮੈਂ ਟ੍ਰਾਇਲਾਂ ਦੇ ਨਹੀਂ ਪਹੁੰਚ ਸਕਿਆ ਮੈਂ ਵੀ ਮੈਂ ਨਹੀਂ ਜਾਣਾ ਮੇਰੇ ਇੰਜਰੀ ਬਹੁਤ ਹੈ ਮੈਂ ਨਹੀਂ ਖੇਡਣਾ ਉੱਥੋਂ ਕੋਚ ਜਿਹੜੇ ਸਾਡੇ ਸਰਦਾਰ ਬਾਲ ਕਿਸ਼ਨ ਸੀ ਉਹਨਾਂ ਦਾ ਫੋਨ ਆਇਆ ਵੀ ਸਾਡੇ ਇੰਚਾਰਜ ਨੂੰ ਪੰਜਾਬ ਲਈ ਵੀ ਰਜਿੰਦਰ ਨੇ ਆਇਆ ਉਹ ਕਹਿੰਦੇ ਵੀ ਉਹ ਤਾਂ ਇੰਜਰਡ ਉਹ ਕਹਿੰਦੇ ਮੈਂ ਨਹੀਂ ਜਾਣਾ ਕਹਿੰਦੇ ਨਹੀਂ ਅਸੀਂ ਉਹਨੂੰ ਟੀਮ ਦੇ ਵਿੱਚ ਰੱਖ ਲਿਆ ਟ੍ਰੇਨਾਂ ਤੋਂ ਬਗੈਰ ਵੀ ਉਹ ਪਲੇਅਰ ਬਹੁਤ ਚੰਗਾ ਇੱਥੇ ਆ ਕੇ ਰੈਸਟ ਕਰੇ ਸਾਡੇ ਕੋਲ ਮੈਂ ਉੱਥੇ ਅਜੇ 2 ਮਹੀਨੇ ਪਏ ਸੀ ਜਾ ਕੇ ਚਲਾ ਗਿਆ ਦੂਸਰੇ ਦਿਨ ਉੱਥੇ ਜਾ ਕੇ ਮੈਂ ਰੈਸਟ ਕੀਤਾ ਡਾਕਟਰ ਦੇ ਮੇਰੇ ਆਰਮੀ ਦਾ ਡਾਕਟਰ ਸੀ ਅੱਜ ਕੱਲ੍ਹ ਸਾਈ ਦਾ ਇੰਚਾਰਜ ਹੈ ਡਾਕਟਰ ਉਹ ਮੇਰੇ ਨਾਲ ਉਹਨੇ ਵੀ ਮੇਰੀ ਬਹੁਤ ਹੈਲਪ ਕੀਤੀ ਦੋਨੋਂ ਟਾਈਮ ਮੇਰੇ ਟਕੋਰ ਕਰਨੀ ਜਾਂ ਜੋ ਵੀ ਉਹਨੇ ਮੈਨੂੰ ਇਲਾਜ ਤਾਂ ਆਰਮੀ ਹੋਸਪਿਟਲ ਲੈ ਕੇ ਜਾਣਾ ਤੇ ਜਦੋਂ 15 ਕੁ ਦਿਨ ਰਹਿ ਗਏ ਤੇ ਮੈਂ ਉਸ ਵੇਲੇ ਫਿਰ ਮੁੰਡਿਆਂ ਨੂੰ ਲੜਕੇ ਜਿਹੜੇ ਮੇਰੇ ਨਾਲ ਦੇ ਪਲੇਅਰ ਸੀਗੇ ਕਪਤਾਨ ਵੀ ਸੀ ਜ਼ਫਰ ਕੁਮਾਰ ਉਹਨੂੰ ਮੈਂ ਮੇਰੇ ਇੱਦਾਂ
ਉਹ ਕਹਿੰਦੇ ਨਹੀਂ ਤੂੰ ਖੇਡ ਤਾਂ ਬੜਾ ਸੋਹਣਾ ਆਉਂਦਾ। ਮੈਂ ਕਿਹਾ ਖੇਡ ਮੈਂ ਲੈਂਦਾ ਹਾਂ, ਖੇਡਣ ਤੋਂ ਬਾਅਦ ਜਦੋਂ ਮੈਨੂੰ ਪੇਨ ਬਹੁਤ ਹੁੰਦੀ ਹੈ। ਕਹਿੰਦੇ ਨਹੀਂ ਕੋਈ ਨੀ, ਓਲੰਪਿਕ ਆ, ਬਹੁਤ ਵੱਡਾ ਟੂਰਨਾਮੈਂਟ ਆ, ਤੂੰ ਨਾ ਜਾ ਛੱਡ ਕੇ। ਉਹਨਾਂ ਨੇ ਮੈਨੂੰ ਬੜਾ ਪ੍ਰੇਰਨਾ ਦਿੱਤੀ ਕਪਤਾਨ ਨੇ ਵੀ। ਉਹ ਕਹਿੰਦੇ ਜਦੋਂ ਤੂੰ ਭੱਜਦਾ ਤੇਰਾ ਕੋਈ ਪ੍ਰੋਬਲਮ ਦੱਸਦੀ ਸਾਨੂੰ ਕੋਈ, ਲੇਕਿਨ ਮੈਨੂੰ ਪ੍ਰੋਬਲਮ। ਲੇਕਿਨ ਉਸ ਇੰਜਰੀ ਨੂੰ ਲੈ ਕੇ ਮੈਂ ਓਲੰਪਿਕ ਖੇਡਿਆ, ਉਸ ਤੇ ਸਾਰਿਆਂ ਤੋਂ ਬੈਸਟ ਮੇਰੀ ਪਰਫੋਰਮੈਂਸ ਗਿਣੀ ਗਈ, ਜਿਹੜੇ ਦਰਸ਼ਕ ਵੀ ਦੇਖਦੇ ਸੀ। ਈਵਨ ਮੈਨੂੰ ਆਉਂਦਿਆਂ ਨੂੰ ਉਸ ਵੇਲੇ ਪੰਜਾਬ ਗਾਉਣ ਲਈ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਤੇ ਵਧੀਆ ਪਰਫੋਰਮੈਂਸ, ਲੇਕਿਨ ਇੰਜਰੀ ਦੇ ਬਾਵਜੂਦ। ਨਾਰਮਲੀ ਨਾ ਮੈਂ ਇੰਨੀ ਲੰਬੀ ਇੰਟਰਵਿਊ ਨਹੀਂ ਹੁੰਦੀ, ਪਰ ਅੱਜ ਮੈਂ ਤੁਹਾਨੂੰ ਸਾਰੇ ਕੁਐਸਚਨ ਪੁੱਛਣੇ ਆ, ਸੋ ਆਡੀਅੰਸ ਨੂੰ ਵੀ ਸਾਰਾ ਜਿਹੜਾ ਸਬਰ ਬਣਾ ਕੇ ਰੱਖਣਾ ਪਏਗਾ। ਵੈਲਕਮ। ਦੇਖੋ ਜਦੋਂ ਲਾਈਫ ਰੁਕ ਜਾਂਦੀ ਆ, ਹੁਣ ਸਪੋਜ਼ ਮੈਂ ਹੀ ਆ, ਮੈਂ ਆਪਣੀ ਜ਼ਿੰਦਗੀ 'ਚ ਬੜੀ ਫਾਸਟ ਚੱਲ ਰਹੀ ਹਾਂ, ਇੰਪਲੋਈਜ਼ ਰੱਖੋ, ਇੰਨੀ ਸੇਲ ਕਰਨੀ ਹੈ, ਹਰ ਕੋਈ ਆਪਣੀ ਜ਼ਿੰਦਗੀ 'ਚ ਜਦੋਂ ਜਦ ਕਰੇ, ਜਿਹੜਾ ਮਿਹਨਤੀ ਬੰਦਾ। ਹੁਣ ਇੰਜਰੀ ਹੋ ਗਈ ਜਾਂ ਘਰ ਕੋਈ ਪ੍ਰੋਬਲਮ ਆ ਗਈ, ਲਾਈਫ ਜਿਹੜੀ ਥੋੜ੍ਹੀ ਜਿਹੀ ਰੁਕ ਗਈ, ਜਿੱਦਾਂ ਤੁਹਾਡੀ ਇੰਜਰੀ ਹੋ ਗਈ, ਤੁਹਾਨੂੰ ਰੈਸਟ ਕਰਨੀ ਪਈ 15 ਦਿਨ, ਉਦੋਂ ਮੈਂਟਲੀ ਕੀ ਸੋਚਦੇ ਕਿ ਉਹ ਕਿੱਦਾਂ ਟਫ ਕਰਦੇ ਆਪਣੇ ਆਪ ਨੂੰ, ਆਪਣੇ ਆਪ 'ਤੇ ਕਿੱਦਾਂ ਵਿਸ਼ਵਾਸ ਜਤਾਉਂਦੇ ਕਿ ਫੇਰ ਉੱਥੇ ਆ ਹੀ ਜਾਣਾ? ਦੇਖੋ ਵਿਸ਼ਵਾਸ ਹੁੰਦਾ ਕਿਉਂਕਿ ਅਸੀਂ ਵਰਕ ਇੰਨਾ ਮੈਂ ਕੀਤਾ ਸੀਗਾ ਆਪਣੀ ਬੋਡੀ ਦੇ ਉੱਤੇ। ਜਦੋਂ ਮੈਂ ਖੇਡਦਾ ਸੀ ਵਾਰਮ ਅਪ ਹੋ ਗਿਆ, ਫਿਰ ਕੋਈ ਮੈਨੂੰ ਫਿਰ ਗੇਮ 'ਚ ਹੀ ਖਿਆਲ ਰਹਿੰਦਾ ਸੀਗਾ ਵੀ ਬੋਲ ਕਿੱਧਰ ਜਾ ਰਹੀ, ਕਿਹਨੂੰ ਦੇਣ ਕਹਿ ਰਿਹਾ, ਕਿਉਂ ਉਸ ਵੇਲੇ ਮੈਂ ਭੁੱਲ ਜਾਂਦਾ ਸੀ। ਤੇ ਬੋਡੀ ਤੇ ਲੋਡ ਜ਼ਿਆਦਾ ਦੇਣ ਕਰਕੇ ਉਹ ਮੈਨੂੰ ਇੰਜਰੀ ਨੇ ਇੰਨਾ ਖੇਡਣ ਦੇ ਮੱਕ ਦੁਆਰਾ ਨਹੀਂ ਤੰਗਦਾ। ਲੇਕਿਨ ਮੈਂ ਸਾਰੀ ਸਾਰੀ ਰਾਤ ਸਿੱਧਾ ਲੰਮਾ ਪਿਆਰੇ ਦੇ ਕੁਰਸੀਆਂ ਤੇ ਲੱਤਾਂ ਰੱਖ ਕੇ ਕੁਰਸੀ ਦੇ, ਫਿਰ ਮਨ 'ਚ ਕੀ ਜ਼ਿਆਦਾ ਐਨਾਲਿਸਿਸ ਕਰਦੇ ਰਹਿੰਦੇ ਸੀ ਕੀ ਚੱਲ ਰਿਹਾ। ਦੇਖੋ ਉਸ ਵੇਲੇ ਹੁੰਦਾ ਵੀ ਇੱਕ ਪਾਸੇ ਤੁਹਾਡਾ ਕੈਰੀਅਰ ਦਿਸ ਰਿਹਾ ਵੀ ਇੰਨੀ ਵਰਕ ਕਰਕੇ ਮੈਂ ਇੱਥੇ ਤੱਕ ਪਹੁੰਚਾ ਆ, ਇਹਨੂੰ ਵੀ ਮੈਂ ਨਾਲ ਲੈ ਕੇ ਚੱਲਣਾ। ਦੂਜਾ ਤੁਹਾਨੂੰ ਇਹ ਵੀ ਸਤਾਉਂਦਾ ਵੀ ਮੈਂ ਪਰਫੋਰਮੈਂਸ ਦੇ ਪਾਊਂਗਾ ਕਿ ਨਹੀਂ ਦੇਊਂਗਾ। ਸੋ ਇਹ ਚੱਲਦੇ ਚੱਲਦੇ ਤੁਹਾਨੂੰ ਜਿਹੜੇ ਤੁਹਾਡੇ ਸਾਥੀ ਆ ਉਹਨਾਂ ਦਾ ਵੀ ਰੋਲ ਬੜਾ। ਮੇਰੇ ਨਾਲ ਚਰਨਜੀਤ ਕੁਮਾਰ ਸੀ ਸਾਡੇ ਪੰਜਾਬ ਦੇ, ਤੇ ਹੋਰ ਜਫਰ ਇਕਬਾਲ ਸੀ, ਮੁਹੰਮਦ ਸ਼ਾਇਦ, ਜਿੰਨੇ ਵੀ ਨਾਮੀ ਪਲੇਅਰ ਸੀ ਸਾਡੇ ਨਾਲ ਖੇਡ ਰਹੇ, ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੰਦੇ ਸੀ ਵੀ ਤੂੰ ਤਕੜਾ ਪਲੇਅਰ ਹੈ, ਤੂੰ ਤੂੰ ਤਾਂ ਪਰਵਾਹ ਹੀ ਨਹੀਂ ਕਰਦਾ। ਤੇ ਕੋਚਿਸ ਜਿਹੜੇ ਕੋਚਿਸ ਸੀ ਉਹਨਾਂ ਨੂੰ ਵੀ ਮੇਰੀ ਜ਼ਰੂਰਤ ਸੀਗੀ, ਇਸੇ ਕਰਕੇ ਉਹਨਾਂ ਨੇ ਮੈਨੂੰ ਟੀਮ ਦੇ ਵਿੱਚ ਵਿਦਾਊਟ ਟ੍ਰਾਇਲ ਰੱਖ ਲਿਆ। ਮੈਨੂੰ ਓਲੰਪਿਕ ਦੇ ਟ੍ਰਾਇਲ ਮੈਂ ਦਿੱਤੇ ਨਹੀਂ, ਮੈਂ ਵੀ ਐਸਟੀ 'ਚ ਪਹਿਲੇ ਰਹਿਣਾ ਵੀ ਮੈਂ ਓਲੰਪਿਕ ਦੇ ਟ੍ਰਾਇਲ ਦਿੱਤੇ ਤਾਂ ਮੈਨੂੰ ਟੀਮ ਦੇ ਵਿੱਚ ਰੱਖ ਲਿਆ। ਸੋ ਜ਼ਰੂਰਤ ਸੀ ਤਾਂ ਉਹ ਚੀਜ਼ ਨੂੰ ਵੀ ਮੈਂ ਲੈ ਕੇ ਚੱਲ ਰਿਹਾ ਵੀ ਮੇਰੀ ਵੀ ਟੀਮ ਨੂੰ ਜ਼ਰੂਰਤ ਹੈ, ਮੈਂ ਕੁਛ ਕੁਛ ਅਦਾ ਕਰਨਾ। ਤੋ ਇਹਨੂੰ ਹੌਸਲਾ ਦੇਣ ਵਾਲਾ ਜਿਹੜਾ ਉਹ ਬਹੁਤ ਇੰਪੋਰਟੈਂਟ ਆ। ਮੇਨ ਗੱਲ ਸਰ ਇਹੀ ਆ, ਹੁਣ ਮੈਂ ਆਪਣੇ ਬਿਜ਼ਨਸ ਦੀ ਗੱਲ ਕਰ ਲਓ, ਮੈਨੂੰ ਸੁਪਰ ਸੀਕਰੇਟ ਪੁੱਛੇਗਾ ਕਿ ਸੀਕਰੇਟ ਕੀ ਆ। ਸੀਕਰੇਟ ਇਹੀ ਹੈ ਕਿ ਮੋਟੀਵੇਸ਼ਨ ਇਜ਼ ਦਾ ਰੀਅਲ ਸੀਕਰੇਟ, ਕਿ ਟੀਮ ਨੂੰ ਮੋਟੀਵੇਟ ਕਰਕੇ ਰੱਖਣਾ। ਸੋ ਸਰ ਦੇ ਸਾਰੇ ਯੂਨੋ ਫਰੈਂਡਸ, ਕੋਚਿਸ ਜਿਨ੍ਹਾਂ ਨੇ ਇਹਨਾਂ ਨੂੰ ਮੋਟੀਵੇਟ ਕਰਕੇ ਰੱਖਿਆ ਉਸ ਸਮੇਂ ਦੇ ਵਿੱਚ ਕਿ ਅੱਜ ਇੱਥੇ ਬੈਠੇ ਨੇ ਸਰ, ਐਂਡ ਹੀ ਹੈਜ਼ ਡਨ ਸੋ ਮਚ। ਸੋ ਸਾਰਿਆਂ ਦਾ ਇਹਨਾਂ ਬਹੁਤ ਬਹੁਤ ਧੰਨਵਾਦ। ਸਰ ਆਪਾਂ ਗੱਲ ਕਰਾਂਗੇ ਕਿ ਜਿਹੜੀ ਇੱਕ ਗੇਮ ਹੁੰਦੀ ਆ, ਸੋ ਗੇਮ ਇੱਕ ਤੇ ਸਕੂਲ ਦੇ ਵਿੱਚ ਇੰਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ, ਖਾਸ ਕਰਕੇ ਸਾਡੇ ਪੰਜਾਬੀ ਸਕੂਲ ਵਿੱਚ ਉੰਨੀ ਇੰਪੋਰਟੈਂਸ ਨਹੀਂ ਇਹਨੂੰ ਮਿਲਦੀ। ਸਕੂਲ ਤੇ ਵੀ ਆਪਾਂ ਬਾਅਦ ਚ ਆਉਂਦੇ, ਪਰ ਇਸ ਤੋਂ ਵੀ ਪਹਿਲਾਂ ਇੱਕ ਜਿਹੜੀ ਗੇਮ ਆ, ਤੁਸੀਂ ਆਪਣੇ ਜਦੋਂ ਟੀਮ ਚ ਖੇਡੇ ਹੋਗੇ ਅਬਜ਼ਰਵ ਕੀਤਾ ਕਿ ਹਰ ਤਰ੍ਹਾਂ ਦੇ ਲੋਕ ਇੱਕ ਲੈਵਲ ਤੇ ਆ ਜਾਂਦੇ ਗੇ, ਯੂਨੀਫਾਰਮ ਉਹਨਾਂ ਦੀ ਸੇਮ ਹੋ ਜਾਂਦੀ ਆ, ਟ੍ਰੀਟ ਸੇਮ ਤਰੀਕੇ ਨਾਲ ਹੁੰਦੇ ਨੇ, ਰਿਲੀਜਨ ਵੱਖਰੇ ਹੁੰਦੇ ਨੇ, ਫਿਰ ਵੀ ਟੀਮ ਸਪਿਰਿਟ ਜਿਹੜੀ ਬਣਾ ਕੇ ਰੱਖਣੀ, ਇਹ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਹੋ ਸਕਦਾ ਤੁਹਾਡੇ ਨਾਲ ਹਿੰਦੂ ਹੋਣ, ਕਈ ਮੁਸਲਿਮ ਹੋਣ, ਕਈ ਕਿਸੇ ਸਟੇਟ ਦਾ ਬੰਦਾ ਹੋਵੇ, ਕਿਉਂਕਿ ਤੁਸੀਂ ਇੰਡੀਆ ਖੇਡੇ ਹੋ, ਹਿਊਮੈਨਿਟੀ ਦੇ ਪੱਖੋਂ, ਇਨਸਾਨੀਅਤ ਦੇ ਪੱਖੋਂ ਤੁਹਾਨੂੰ ਕੀ ਨਿਚੋੜ ਕੱਢਿਆ ਤੁਸੀਂ? ਇਹਦਾ ਜਿਹੜਾ ਸਪੋਰਟਸਮੈਨ ਹੈ ਉਹਦਾ ਧਰਮ ਹੀ, ਅਸੀਂ ਜਿਹੜੇ ਹਾਕੀ ਖੇਡਦੇ ਹਾਂ, ਸਪੋਰਟਸ ਕਰਦੇ ਹਾਂ, ਅਸੀਂ ਇਹਨੂੰ ਪਹਿਲਾਂ ਆਪਣਾ ਧਰਮ ਮੰਨਦੇ, ਕਿਉਂਕਿ ਅਸੀਂ ਇੱਕੋ ਹੀ ਬਾਲਟੀ ਦੇ ਵਿੱਚੋਂ ਪਾਣੀ ਪੀਂਦੇ ਹਾਂ। ਈਵਨ ਤੁਸੀਂ ਦੇਖਿਆ ਹੋਣਾ ਗਲਾਸ ਵੀ ਉਹੀ ਹੁੰਦਾ, ਉਹੀ ਉਹ ਚੱਕ ਕੇ ਪੀ ਲੈਂਦਾ, ਉਹੀ ਉਹ ਚੱਕ ਕੇ ਪੀ ਲੈਂਦਾ, ਕੋਈ ਕਿਸੇ ਦੇ ਹੁੰਦੀ ਔਰ ਕੋਈ ਬਿਮਾਰੀ ਦਾ ਡਰ ਨਹੀਂ, ਕੋਈ ਕੁਝ, ਲੇਕਿਨ ਇਹ ਹੁੰਦਾ ਵੀ ਮੇਰਾ ਭਾਈ ਆ, ਮੇਰਾ ਭਰਾ ਆ, ਟੀਮ ਗੇਮ ਆ, ਸਪੋਰਟਸ ਆ, ਇਕੱਠੇ ਹੋ ਕੇ ਕਰਨੀ ਆ, ਇੱਕ ਉਹੀ ਦਿਮਾਗ ਦੇ ਵਿੱਚ ਹੁੰਦਾ ਵੀ ਨਹੀਂ ਅਸੀਂ ਇਕੱਠੇ ਰਲ ਕੇ ਚੱਲਣਾ। ਈਵਨ ਕੋਚ ਅਸੀਂ ਕੋਚਿਸ ਵੀ ਹਾਂ, ਮੈਂ ਕੋਚ ਵੀ ਹਾਂ, ਅਸੀਂ ਫਸਟ ਸਟੈਪ ਤੇ ਸਿਖਾਲਦੇ ਇਹ ਹਾਂ ਵੀ ਇਹੀ ਤੇਰਾ ਭਾਈ ਆ, ਇਹੀ ਭਰਾ ਆ, ਇਹੀ ਤੇਰਾ ਮੰਦਰ ਹੈ, ਇਹੀ ਗੁਰਦੁਆਰਾ ਹੈ। ਕਿਉਂਕਿ ਜਦੋਂ ਅਸੀਂ ਸਵੇਰੇ ਆ ਕੇ ਸਵੇਰੇ ਸਵੇਰੇ ਉੱਠਦੇ ਜਲਦੀ ਗਰਾਊਂਡ 'ਚ ਪਹੁੰਚੇ 5 ਵਜੇ, ਅਸੀਂ ਆ ਕੇ ਪਹਿਲਾਂ ਨਾ ਗੁਰਦੁਆਰੇ ਨਾ ਮੰਦਰ ਨਾ ਮਸੀਤ, ਅਸੀਂ ਉਹਨੂੰ ਆ ਕੇ ਮੱਥਾ ਟੇਕਦੇ ਹਾਂ। ਫਿਰ ਸਾਡਾ ਫਰਜ਼ ਆ ਉਸ ਚੀਜ਼ ਨੂੰ ਅਸੀਂ ਸੰਭਾਲ ਕੇ ਰੱਖਣਾ। ਇਨਸਾਨ ਮੱਥਾ ਉੱਥੇ ਟੇਕਦਾ ਜਾ ਕੇ ਜਿੱਥੋਂ ਉਹਨੂੰ ਕੁਛ ਮਿਲਣਾ ਜਾਂ ਜਿਹਦਾ ਉਹ ਪੁਜਾਰੀ ਆ। ਸੋ ਗੁਰਦੁਆਰੇ ਜਾਂ ਮੰਦਰ ਇਸੇ ਕਰਕੇ ਜਾਂਦੇ ਨਾ ਵੀ ਉਹਦਾ ਪੁਜਾਰੀ ਆ, ਮੈਂ ਇੱਥੋਂ ਮੈਨੂੰ ਸਭ ਉਹ ਇੱਕ ਸਪੋਰਟਸਮੈਨ ਦੀ ਗਰਾਊਂਡ ਹੀ ਉਹਦੀ ਲਾਈਫ ਹੈ।
ਉਹ ਅਸੀਂ ਹਜੇ ਵੀ ਬੱਚਿਆਂ ਨੂੰ ਹੀ ਸਿਖਾਲਦੇ ਹਾਂ, ਚਾਹੇ ਬੱਚੇ ਸਾਡੇ ਕੋਲ ਹੁਣ ਵੀ ਬੱਚੇ 250-300 ਬੱਚਾ ਆਉਂਦਾ, ਉਹਨਾਂ ਨੂੰ 8 ਸਾਲ ਤੋਂ ਲੈ ਕੇ ਆ ਰਿਹਾ, ਹੁਣੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਵੀ ਜੱਫੀ ਪਾ ਕੇ ਨਾ ਰੱਖਣਾ, ਦੂਏ ਤਰ੍ਹਾਂ ਭਾਈ ਆ ਇਹ, ਭਰਾ ਆ, ਜਿਵੇਂ ਬੱਚੇ ਲੜਦੇ ਵੀ ਉਹਨਾਂ ਨੂੰ ਫੇਰ ਉਸ ਵੇਲੇ ਮਿਲਾ ਕੇ। ਇਹ ਤਾਂ ਬਹੁਤ ਹੀ ਵਧੀਆ, ਅੱਜ ਕੱਲ੍ਹ ਜੋ ਨਸ਼ੇ ਵੀ ਤੁਸੀਂ ਕਹਿੰਦੇ ਨੇ, ਨਸ਼ੇ ਆਪੇ ਲੋਕ ਛੱਡ ਦੇਣੇ, ਅਗਰ ਸਵੇਰੇ ਸ਼ਾਮ ਤੁਸੀਂ ਇੱਕ ਸਹੂਲਤ ਦੇ ਦਿਓ ਗਰਾਊਂਡ 'ਚ ਸਵੇਰੇ ਵੀ ਅਤੇ ਸ਼ਾਮ ਵੀ, ਅਤੇ ਲੜਨਾ ਵੀ ਲੋਕ ਛੱਡ ਦੇਣਗੇ। ਸੋ ਇੱਕ ਸਪੋਰਟਸ ਹੀ ਇੱਕ, ਮੈਂ ਇੱਕ ਸਮਝਦਾ ਕਿਉਂਕਿ ਅਸੀਂ ਸਾਰੀ ਦੁਨੀਆ ਫਿਰ ਕੇ ਦੇਖੀ ਆ, ਉੱਥੇ ਅਸੀਂ ਇੰਡੀਆ ਤੋਂ ਵੀ ਗਏ ਹੁੰਦੇ ਹਾਂ, ਮੁਸਲਮਾਨ ਵੀ ਉੱਥੇ ਹੁੰਦੇ, ਪਾਕਿਸਤਾਨੀ ਵੀ ਉੱਥੇ ਹੁੰਦੇ ਆ, ਈਵਨ ਗੋਰੇ ਵੀ ਉੱਥੇ ਹੁੰਦੇ ਆ, ਸਾਰੇ ਰਲ ਕੇ ਬਹਿੰਦੇ ਆ, ਰਲ ਕੇ ਖਾਂਦੇ ਇਕੱਠੇ, ਫਿਰ ਅਸੀਂ ਸਫ਼ਰ ਕਰਦੇ ਹਾਂ, ਇੱਕ ਪਲੇਅਰ ਲੈ ਕੇ ਆਉਂਦਾ ਘਰੋਂ ਕੁਛ, ਇੱਕ ਕੁਛ ਲੈ ਕੇ, ਸਾਰੇ ਇਕੱਠੇ ਬਹਿ ਕੇ ਖਾਂਦੇ ਅਤੇ ਇਕੱਠੇ ਰਹਿੰਦੇ ਹਾਂ। ਸੋ ਇਹ ਬਹੁਤ ਹੀ ਵਧੀਆ, ਮੈਂ ਕਹਿੰਦਾ ਜੇ ਅਸੀਂ ਕਹਿੰਦੇ ਸੋਸ਼ਲ, ਸਭ ਤੋਂ ਵਧੀਆ ਸੋਸ਼ਲ ਪਲੇਅਰ ਹੁੰਦੇ ਆ, ਕਿ ਹਰ ਇੱਕ ਨਾਲ ਬੈਠਣਾ, ਹਰ ਇੱਕ ਨਾਲ ਉੱਠਣਾ। ਤੁਹਾਨੂੰ ਟੀਚਰ ਸੁਣ ਰਹੇ ਹੋਣਗੇ, ਪ੍ਰਿੰਸੀਪਲ ਸੁਣ ਰਹੇ ਹੋਣਗੇ ਕਈ, ਅਤੇ ਸਕੂਲਸ ਨੂੰ ਤੁਸੀਂ ਆਪਣੇ ਤਜਰਬੇ ਤੋਂ ਰਾਏ ਦੇਣਾ ਚਾਹੋਗੇ ਕਿ ਜਿਹੜੇ ਸਕੂਲ ਆ, ਮੈਂ ਤਾਂ ਬੜੀ ਕੰਪਲੇਨਿੰਗ ਹੈ ਇਸ ਮਾਮਲੇ 'ਚ, ਕਿਉਂਕਿ ਮੇਰਾ ਸਕੂਲ ਸਪੋਰਟਸ 'ਚ ਨਹੀਂ ਐਕਟਿਵ ਸੀ, ਹਾਲਾਂਕਿ ਮੈਂ ਟੋਪਰ ਰਹੀ ਆਪਣੀ ਯੂਨੀਵਰਸਿਟੀ ਤੱਕ, ਰਾਈਟ, ਪੜ੍ਹਾਈ 'ਚ ਇੰਨਾ ਵਧੀਆ ਰਹੇ, ਪਰ ਇੱਕ ਉਮਰ ਦਾ ਜਦੋਂ ਪੜਾਅ ਆਉਂਦਾ 25-30 ਸਾਲ ਤੋਂ ਬਾਅਦ, ਬੰਦੇ ਨੂੰ ਵਾਕਈ ਫੀਲ ਹੁੰਦਾ ਕਿ ਨਹੀਂ, ਆਹ ਜਿਹੜਾ ਫਿਜ਼ੀਕਲ ਐਕਟੀਵਿਟੀ ਹੈ ਨਾ ਲਾਈਫ 'ਚ, ਇਹ ਜਿਹੜੀ ਚੀਜ਼ ਆ ਇਹ ਰਹਿ ਗਈ ਆ, ਜਿਹੜਾ ਕਿ ਬੜਾ ਇੰਪੋਰਟੈਂਟ ਪਾਰਟ ਆ। ਸੋ ਸਕੂਲਸ ਤੇ ਕਾਲਜਿਸ ਨੂੰ ਕੀ ਸੁਧਾਰ ਲਿਆਉਣਾ ਚਾਹੀਦਾ? ਮੈਂ ਤੁਹਾਨੂੰ ਦੱਸਿਆ ਜਿੱਦਾਂ ਆਪਾਂ ਗੱਲ ਕਰ ਚੁੱਕੇ, ਧਰਮ ਵੀ ਇਹੀ ਆ, ਹਰ ਚੀਜ਼ ਆਪਾਂ ਨਸ਼ੇ ਬੰਦ ਕਰਨੇ, ਆਪਾਂ ਲੜਾਈਆਂ ਬੰਦ ਕਰਨੇ ਆ, ਆਪਾਂ ਚੰਗੇ ਸਿਟੀਜਨ ਬਣਾਉਣੇ ਆ ਆਪਣੇ ਕੰਟਰੀ ਲਈ। ਇਹ ਇੱਕ ਸਪੋਰਟਸਮੈਨ 'ਚ ਹਰ ਗੁਣ ਹੁੰਦੇ ਆ। ਸਕੂਲ ਵਾਲਿਆਂ ਨੂੰ ਇਹ ਚਾਹੀਦਾ ਵੀ, ਜਿੱਦਾਂ ਹੁਣ ਸਕੂਲ ਦੇ ਵਿੱਚ ਗੌਰਮੈਂਟ ਨੇ ਐਜੂਕੇਸ਼ਨ, ਫਿਜ਼ੀਕਲ ਐਜੂਕੇਸ਼ਨ ਤਾਂ ਕਰ ਦਿੱਤੀ, ਲੇਕਿਨ ਉਹ ਪ੍ਰੈਕਟੀਕਲੀ ਨਹੀਂ ਕੀਤੀ ਤੁਸੀਂ, ਉਹ ਥਿਊਰੀ ਦੇ ਉਹ ਵੀ ਥਿਊਰੀ ਦਾ, ਉਹ ਥਿਊਰੀ ਵਿੱਚ ਹੀ ਨੰਬਰ ਦੇਣੇ ਆ, ਚਾਹੀਦਾ ਪ੍ਰੈਕਟੀਕਲ ਹੈ ਸਾਰਾ, ਪ੍ਰੈਕਟੀਕਲ ਦੇਖ ਕੇ ਉਹਦੇ ਨੰਬਰ ਦਿਓ। ਔਰ ਹਰ ਸਕੂਲ ਨੂੰ ਚਾਹੀਦਾ, ਮੈਂ ਕਹਿੰਦਾ ਗੌਰਮੈਂਟ ਨੂੰ ਚਾਹੀਦਾ, ਜਿਹੜੇ ਮਾਡਲ ਸਕੂਲ ਜਾਂ ਬਣੇ ਹੈਗੇ ਆ, ਜਿੰਨਾ ਚਿਰ ਤੁਹਾਡੇ ਕੋਲ ਗਰਾਊਂਡ ਹੈ ਨਹੀਂ, ਉਹ ਪਰਮਿਸ਼ਨ ਹੀ ਦੇਣ ਜੇ ਸਕੂਲ ਖੋਲਣ ਦੀ, ਪਹਿਲਾਂ ਗਰਾਊਂਡ, ਫਿਰ ਜਿੱਦਾਂ ਫੋਰਨ ਦੇ ਵਿੱਚ 7-8 ਸਾਲ ਦਾ ਬੱਚਾ ਹੁੰਦਾ, ਜਾ ਕੇ ਉਹਨੂੰ ਪੜ੍ਹਾਈ ਪੜ੍ਹਾਈ ਦਾ ਕੁਛ ਨਹੀਂ ਪਤਾ ਹੁੰਦਾ, ਖੇਡ ਕੇ ਗਰਾਊਂਡ ਤੋਂ ਬਾਅਦ ਸਕੂਲ ਤੋਂ ਘਰ ਆ ਜਾਂਦਾ, ਕੋਈ ਵਰਡ ਨਹੀਂ ਹੁੰਦਾ। 3-4 ਸਾਲ ਬੱਚੇ ਨੂੰ ਤਾਂ ਇੱਕ ਸਕੂਲ ਜੋ ਕਮਰੇ ਦਾ ਸਕੂਲ ਹੁੰਦਾ ਉਹਦੇ ਵਿੱਚ ਪਾ ਦਿੰਦੇ ਆ, ਉਹਦੀ ਸਪੋਰਟਸ ਕੀ ਡਿਵੈਲਪ ਹੋਣੀ ਆ, ਅਤੇ ਨਾ ਉਹ ਚੰਗਾ ਸਿਟੀਜਨ ਬਣ ਸਕਦਾ, ਨਾ ਉਹਦੀ ਸੋਚ ਹੀ ਹੋਣੀ ਆ। ਇੱਕ ਖੂਹ ਦਾ ਡੱਡੂ ਹੁੰਦਾ, ਇੱਕ ਸਮੁੰਦਰ ਦਾ ਡੱਡੂ ਹੁੰਦਾ, ਫਰਕ ਤਾਂ ਹੋਣਾ ਹੀ ਆ ਨਾ ਇਹਦਾ। ਤਾਂ ਸਪੋਰਟਸਮੈਨ ਮੈਂ ਕਹਿੰਦਾ ਵੀ ਐਸੀ ਲਾਈਫ ਹੈ ਨਾ, ਹਰ ਬੰਦਾ ਇੰਜੋਏ ਕਰਦਾ, ਜੇ ਉਹਦੇ ਕੋਲ ਕੁਛ ਨਹੀਂ ਵੀ ਤਾਂ ਵੀ ਹੱਸਦਾ ਦਿਸੇਗਾ ਤੁਹਾਨੂੰ। ਪੇਰੈਂਟਸ ਨੂੰ ਵੀ ਨਾ ਇਹ ਸਲਾਹ ਹੈ ਥੋੜੀ ਮੇਰੇ ਮਾਇੰਡ 'ਚ ਹੁਣੇ ਆਈ ਤੁਹਾਡਾ ਆਨਸਰ ਸੁਣਦੇ ਸੁਣਦੇ, ਕਿ ਜਦੋਂ ਅਸੀਂ ਆਪਣੇ ਬੱਚਿਆਂ ਲਈ ਸਕੂਲ ਫਾਈਨਲ ਕਰਦੇ ਹਾਂ ਤੇ ਸਪੋਰਟਸ ਸੈਕਸ਼ਨ ਵੀ ਜ਼ਰੂਰ ਦੇਖੋ, ਪੜ੍ਹ ਪੜ੍ਹ ਕੇ ਅਸੀਂ ਜ਼ਰੂਰ ਕਿਤੇ ਨਾ ਕਿਤੇ ਪਹੁੰਚਦੇ ਹਾਂ, ਡੈਫੀਨੇਟਲੀ ਪਹੁੰਚਦੇ ਹਾਂ, ਬਟ ਇੱਕ ਜਿਹੜਾ ਇੰਟਰਨਲ ਸਾਨੂੰ ਆਪਣੀ ਫਿਜ਼ੀਕਲ ਐਕਟੀਵਿਟੀਜ਼ ਨੂੰ ਲੈ ਕੇ ਡਿਸਸੈਟਿਸਫੈਕਸ਼ਨ ਹੁੰਦੀ ਆ, ਉਹ ਸਾਡੇ ਬੱਚੇ ਜਿਹੜੇ ਉਹ ਨਾ ਫੇਸ। ਜਦੋਂ ਆਪਾਂ ਸਕੂਲ ਸਿਲੈਕਸ਼ਨ ਕਰਦੇ ਹਾਂ, ਆਪਾਂ ਉਹਦੀ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਦੇਖਦੇ ਹਾਂ, ਆਪਾਂ ਉਹਦੇ ਸਟੱਡੀ ਲੈਵਲ ਦੇਖਦੇ ਹਾਂ, ਉਹਦੇ ਰੈਂਕਸ ਦੇਖਦੇ ਹਾਂ, ਕਿਉਂ ਨਾ ਆਪਾਂ ਇਹ ਵੀ ਸ਼ੁਰੂ ਕਰੀਏ ਕਿ ਸਪੋਰਟਸ 'ਚ ਕੀ ਰੈਂਕ ਆ ਇਸ ਸਕੂਲ ਦਾ, ਅਤੇ ਸਕੂਲ ਵੀ ਇਹ ਇਨੀਸ਼ੀਏਟਿਵ ਲੈਣ ਕਿ ਉਹ ਜਦੋਂ ਆਪਣੇ ਆਪ ਨੂੰ ਹਾਈਲਾਈਟ ਕਰਦੇ ਆ, ਅਤੇ ਆਪਣੇ ਪਲੇਅਰਸ ਵੀ ਹਾਈਲਾਈਟ ਕਰਨ, ਆਪਣੀਆਂ ਸਪੋਰਟਸ ਵੀ ਹਾਈਲਾਈਟ ਕਰਨ, ਕਿ ਹਾਂਜੀ ਅਸੀਂ ਯੂਨੋ ਟੋਟਲ ਬੈਲੈਂਸਡ ਜਿਹੜਾ ਉਹ ਸਟੂਡੈਂਟ ਅਸੀਂ ਬਾਹਰ ਕੱਢਦੇ ਆਪਣੇ ਸਕੂਲ ਤੋਂ। ਜੇ ਆਪਾਂ ਪ੍ਰਮੋਸ਼ਨ ਦੀ ਗੱਲ ਕਰੀਏ, ਸਾਡੇ ਪੰਜਾਬ ਨੂੰ NRIs ਬਹੁਤ ਸਪੋਰਟ ਕਰਦੇ ਨੇ, ਹਰ ਕੰਟਰੀ ਤੋਂ ਜਿਹੜਾ NRI ਕੋਸ਼ਿਸ਼ ਕਰਦਾ ਕਿ ਉਹ ਪਿੰਡ ਵਿੱਚ ਆ ਕੇ ਕੁਛ ਕਰੇ। ਸੋ ਨੋਰਮਲੀ ਤੁਹਾਨੂੰ ਕੀ ਲੱਗਦਾ ਕਿ ਹਾਕੀ ਜਿਹੜੀ ਆ, ਇਹਨੂੰ ਮੈਨੂੰ ਆਪ ਬੜਾ ਫੀਲ ਹੁੰਦਾ ਕਿ ਇਹਨੂੰ ਬਹੁਤ ਪ੍ਰਮੋਸ਼ਨ ਦੀ ਜਿਹੜੀ ਜ਼ਰੂਰਤ ਆ? ਜੇ ਆਪਾਂ ਸੋਚੀਏ ਕਿ ਪਿੰਡ ਪਿੰਡ ਗਰਾਊਂਡ ਹੈਗੀ ਆ, ਜਾਂ 100 ਪਿੰਡਾਂ ਕੋਲ ਵੀ ਇੱਕ ਹਾਕੀ ਦੀ ਗਰਾਊਂਡ ਆ, ਉਹ ਵੀ ਸਾਡੇ ਪੰਜਾਬ 'ਚ ਨਹੀਂ ਆ, ਕੀ ਉਪਰਾਲੇ ਜਿਹੜੇ ਆ ਉਹ NRIs ਨੂੰ ਜਾਂ ਪਿੰਡਾਂ ਦੇ ਲੋਕਾਂ ਨੂੰ ਜਾਂ ਜਿਹੜੇ ਆਪਣੇ ਪਿੰਡ ਨੂੰ ਸਪੋਰਟ ਕਰ ਸਕਦੇ ਆ ਜਾਂ ਪਿੰਡ ਵਾਸੀ ਸਹੀ, ਉਹਨਾਂ ਨੂੰ ਕੀ ਤੁਹਾਨੂੰ ਲੱਗਦਾ ਕਿ ਬੇਸਿਕ ਉਪਰਾਲੇ ਕੀ ਕਰਨੇ ਚਾਹੀਦੇ ਕਿ ਹਾਕੀ ਜਿਹੜੀ ਹੋਰ? ਦੇਖੋ, ਬੇਸਿਕ ਤਾਂ ਇਹੀ ਆ, ਬੱਚੇ ਨੂੰ ਗਰਾਊਂਡ ਅਵੇਲੇਬਲ ਹੋਣੀ ਚਾਹੀਦੀ ਆ ਜਿੱਥੇ ਉਹਨੇ ਆਪਣੇ ਫਿਜ਼ੀਕਲ ਐਕਟੀਵਿਟੀ ਕਰਨੀ ਹੈ। ਬਹੁਤ NRI ਹੈਲਪ ਕਰ ਰਹੇ ਆ, ਕਾਫੀ ਪਿੰਡਾਂ ਦੇ ਵਿੱਚ ਅਸੀਂ ਦੇਖੇ, ਟੂਰਨਾਮੈਂਟ ਵੀ ਦੇਖੇ ਆ, ਕਰਾਉਣੇ ਵੀ, ਅਸੀਂ ਜਾਂਦੇ ਵੀ ਆ ਗੈਸਟ ਬਣ ਕੇ। ਗਵਰਨਮੈਂਟ ਨੂੰ ਇਸ ਲੈਵਲ ਤੇ ਸੁਜੈਸ਼ਨ ਦੇਣਾ ਚਾਹੁੰਦਾ, ਕਿਉਂਕਿ ਜਿਹੜੇ ਪਹਿਲੇ ਕਲੱਬ ਚੱਲ ਰਹੇ ਸੀਗੇ ਪਿੰਡਾਂ ਦੇ ਵਿੱਚ ਸਾਡੇ ਟਾਈਮ, ਸਭ ਤੋਂ ਬਾਅਦ ਵੀ ਕਈ ਮਨਿਸਟਰ ਆਉਂਦਾ ਜਾਂ ਕੋਈ ਪਿੰਡ ਨੂੰ ਕੋਈ ਡੋਨੇਸ਼ਨ ਦੇ ਰਿਹਾ ਹੈ, ਉਹ ਅੱਜ ਕੱਲ੍ਹ ਸਾਰੀ ਬੰਦ ਹੋ ਚੁੱਕੀ ਹੈ, ਕਿਉਂਕਿ ਉਹ ਇਹਨਾਂ ਨੇ ਆਪਣਾ ਪੋਲੀਟੀਕਲ ਢਾਂਚੇ ਨੇ ਸਾਡਾ ਸਾਰਾ ਸਿਸਟਮ ਸਪੋਰਟਸ ਦਾ ਕਰ ਗਿਆ, ਕਿਉਂਕਿ ਉਹ ਵੀ ਹੁਣ ਗਵਰਨਮੈਂਟ ਨੇ ਇਹ ਕਰਤਾ ਵੀ ਇੱਕ ਜਿਹੜੀ ਪਿੰਡ ਨੂੰ ਡੋਨੇਸ਼ਨ ਦੇਣੀ ਉਹ ਸਰਪੰਚ ਨੂੰ ਦੇਣੀ ਹੈ। ਹੁਣ ਸਰਪੰਚ ਜਿਹੜਾ ਹੁੰਦਾ ਉਹ ਇੱਕ ਪਾਰਟੀ ਲੈਵਲ ਤੇ ਬੱਚਾ ਹੁੰਦਾ, ਉਹਨੇ ਇਹ ਦੇਖਣਾ ਵੀ ਅਕਾਲੀ ਆ, ਇਹ ਕਾਂਗਰਸੀ ਆ, ਇਹ ਆਪਦਾ ਜਾਂ ਕਿਸੇ ਦਾ ਵੀ ਆ, ਲੇਕਿਨ ਉਹਦਾ ਸਹੀ ਯੂਟੀਲਾਈਜ਼ ਨਹੀਂ ਹੁੰਦਾ। ਜਿੱਦਾਂ ਪਿੱਛੇ ਜਿੰਮ ਵੰਡੇ ਗਏ ਸੀ ਜਾਂ ਕੁਛ ਵੰਡਿਆ ਗਿਆ, ਉਹ ਸਰਪੰਚਾਂ ਦੇ ਮੇਰੇ ਹਿਸਾਬ ਨਾਲ ਮੈਂ ਕਈਆਂ ਦੇ ਘਰ ਲੱਗੇ ਆ, ਹੁਣ ਇੱਕ ਸਪੋਰਟਸਮੈਨ ਕਿਸੇ ਦੇ ਘਰ ਥੋੜ੍ਹਾ ਕਰਨ ਜਾਏਗਾ,
ਉਹ ਗਰਾਊਂਡ ਚ ਹਰ ਚੀਜ਼ ਅਵੇਲੇਬਲ ਚਾਹੀਦੀ ਆ। ਸੋ ਸਾਨੂੰ ਸਿਸਟਮ ਉਹੀ ਬਣਾਵੇ, ਜੇ ਕਲੱਬ ਬਣੀ ਆ ਪਿੰਡ ਦੀ ਰਜਿਸਟਰਡ ਕਲੱਬ ਆ, ਉਹ ਉਹਦੇ ਅਕਾਊਂਟ ਦੇ ਵਿੱਚ ਸਿੱਧਾ ਪੈਸਾ ਜਾਵੇ, ਉਹਦਾ ਤੁਸੀਂ ਹਿਸਾਬ ਤਾਂ ਲੈ ਲਓ। ਇਹ ਨੀ ਵੀ ਪੰਡ ਦੇ ਸਰਪੰਚ ਕੋ ਜਾਣੇ ਜੀ ਪੈਸੇ, ਸਰਪੰਚ ਹੁਣ ਯੂਥ ਕਲੱਬ ਨਾਲ ਕਿੰਨੀ ਕੁ ਬਣ ਗਈ ਹਰ ਇੱਕ ਨੂੰ ਪਤਾ ਆ, ਏਦਾਂ ਵੋਟਾਂ ਪਾਈਆਂ ਕਿ ਨਹੀਂ ਪੈਣਾ। ਹੁਣ ਇਹ ਜਿਹੜੀ ਕਲੱਬ ਹੁੰਦੀ ਹੈ ਇਹ ਸਾਰੀ ਸਾਂਝੀ ਹੁੰਦੀ ਹੈ, ਉਹਦੇ ਵਿੱਚ ਕੋਈ ਨਹੀਂ ਹੁੰਦਾ ਵੀ ਮੈਂ ਅਕਾਲੀ ਆ, ਮੈਂ ਕਾਂਗਰਸ ਆ, ਜਾਂ ਮੈਂ ਕਿਸੇ ਪਾਰਟੀ ਨਾਲ, ਨਾ ਕਿਸੇ ਨਾਲ ਆ। ਪਿੰਡ ਦੇ NRI ਲੋਕ ਆ, ਉਹ ਵੀ ਇਹੀ ਕਾਰਨ ਵੀ ਕਲੱਬ ਨੂੰ ਦੇਣ, ਅਸੀਂ ਪਿੰਡ ਨੂੰ ਉੱਪਰ ਲੈ ਕੇ ਜਾਣਾ। ਜਦੋਂ ਅਸੀਂ ਆਪਣੇ ਪਿੰਡ ਦਾ ਜਾਂ ਆਪਣੇ ਘਰ ਦਾ ਸੋਚ ਲਿਆ, ਉਹਦੇ ਵਿੱਚ ਕੰਟਰੀ ਦਾ ਆਪੇ ਆ ਜਾਣਾ। ਤੇ ਇੱਕ ਚੰਗਾ ਪਲੇਅਰ ਘਰ ਦੇ ਲੈਵਲ ਤੋਂ ਉੱਠ ਕੇ ਪਿੰਡ ਦਾ ਬਣ ਗਿਆ, ਉਹ ਆਪੇ ਕੰਟਰੀ ਲਈ ਖੇਡੇਗਾ। ਬਹੁਤ ਹੀ ਵਧੀਆ ਆਈਡੀਆ ਮੈਨੂੰ ਤੇ ਲੱਗਾ। ਵੈਸੇ ਇਲੈਕਸ਼ਨ ਦਾ ਮਾਹੌਲ ਬਣਿਆ ਤੇ ਸਰ ਆਈਡੀਆਜ਼ ਦੇਤੇ ਹੋਏ, ਸਰ ਨੇ ਆਲਰੇਡੀ ਆਈਡੀਆ, ਪਰ ਬਹੁਤ ਵਧੀਆ ਲੱਗਾ ਜੀ। ਮੈਨੂੰ ਲੱਗਦਾ ਕਿ ਮੈਂ ਵੀ ਕੋਸ਼ਿਸ਼ ਕਰਾਂਗੀ ਇਹਨੂੰ ਇੰਪਲੀਮੈਂਟ ਕਰੀਏ ਕਿ ਪਿੰਡ ਦਾ ਇੱਕ ਸਪੋਰਟਸ ਕਲੱਬ ਹੋਵੇ ਤੇ ਜਿੰਨੇ ਡੋਨੇਟ ਕਰਨਾ ਉਸ ਕਲੱਬ ਨੂੰ ਡੋਨੇਟ ਕਰੇ, ਤੇ ਸਰਪੰਚ ਨੇ ਵੀ ਪਾਣਿਆ ਜਾਂ ਗਵਰਨਮੈਂਟ ਨੇ ਕੋਈ ਹੈਲਪ ਕਰਨੀ ਤੇ ਉਸ ਕਲੱਬ ਦੇ ਵਿੱਚ ਹੀ ਕਰੇ, ਤੇ ਦੇਖੋ ਕਿ ਉਹ ਕਿੰਨਾ ਐਕਟਿਵਲੀ ਯੂਥ ਨਾਲ ਵੀ ਜੁੜ ਜਾਏਗਾ ਉਹ ਬੰਦਾ। ਬੜਾ ਹੀ ਅੱਛਾ ਜਿਹੜਾ ਸੁਜੈਸ਼ਨ ਆ। ਮੇਰੇ ਲਾਸਟ ਦੋ ਤਿੰਨ ਕੁਐਸਚਨ ਰਹਿ ਗਏ ਹੁਣ। ਅਵਾਰਡਸ ਦੀ ਅਸੀਂ ਗੱਲ ਕਰ ਲਈਏ, ਤੁਸੀਂ ਅਰਜੁਨਾ ਅਵਾਰਡੀ ਹੋ, ਦ੍ਰੋਣਾਚਾਰਿਆ ਅਵਾਰਡੀ ਹੋ, ਧਿਆਨ ਚੰਦ ਅਵਾਰਡੀ ਹੋ, ਬੜੇ ਵੱਡੇ ਵੱਡੇ ਅਵਾਰਡਸ ਆ, ਕਿਉਂਕਿ ਪ੍ਰੈਜੀਡੈਂਟ ਤੋਂ ਥੱਲੇ ਗੱਲ ਨੀ ਹੋ ਰਹੀ। ਫਸਟ ਟਾਈਮ ਜਦੋਂ ਤੁਸੀਂ ਇੰਡੀਆ ਦੇ ਪ੍ਰੈਜੀਡੈਂਟ ਵਾਲੇ ਪਲੇਟਫਾਰਮ ਤੇ ਪਹੁੰਚੇ ਤੇ ਕਿੱਦਾਂ ਦਾ ਤੁਹਾਨੂੰ ਫੀਲ ਹੋਇਆ? ਇਹ ਇੱਕ ਆਪਾਂ ਕਹਾਵਤ ਨੀ ਮੱਕਾ ਦੇਖ ਲਿਆ, ਹੁਣ ਇੰਨੀ ਅਚੀਵਮੈਂਟ ਤੋਂ ਬਾਅਦ ਇਹੀ ਕੁਛ ਹੁੰਦਾ ਵੀ ਮੈਨੂੰ ਆਹ ਵੀ ਮਿਲ ਗਿਆ, ਮੈਨੂੰ ਆਹ ਵੀ ਮਿਲ ਗਿਆ। ਮੈਂ ਆਪਣੇ ਆਪ 'ਚ ਇੰਨਾ ਸੈਟਿਸਫਾਈ, ਮੈਨੂੰ ਕੋਈ ਈਵਨ ਹੋਲ ਜੇ ਵੀ ਮੈਨੂੰ ਜੋਬ ਦੀ ਆਫਰ ਆਉਂਦੀ ਹੈ, ਮੈਂ ਉਹ ਇਗਨੋਰ ਕਰਦਾ, ਕਿਉਂਕਿ ਮੈਨੂੰ ਇਹ ਹੈ ਵੀ ਮੈਂ ਹਾਕੀ ਦੀ ਸੇਵਾ ਕਰਨੀ, ਮੈਂ ਬੱਚਿਆਂ ਦੇ ਨਾਲ ਵਿੱਚ ਰਹਿਣਾ ਹੈ। ਸੋ ਉਹ ਅਵਾਰਡ ਮੈਨੂੰ ਜਿਹੜੇ ਦੇਖੋ ਜੇ ਖੇਡਣ ਕਰਕੇ ਮੈਨੂੰ ਮਹਾਰਣਜੀਤ ਸਿੰਘ ਧਿਆਨ ਚੰਦ ਅਵਾਰਡ ਮਿਲੇ ਆ, ਲੇਕਿਨ ਜਿਹੜਾ ਸਭ ਤੋਂ ਵੱਡਾ ਅਵਾਰਡ ਦਰੋਣਾਚਾਰੀ ਅਵਾਰਡ ਹੈ, ਉਹ ਤਾਂ ਮੈਨੂੰ ਬੱਚਿਆਂ ਕਰਕੇ ਮਿਲਿਆ, ਕਿਉਂਕਿ ਮੈਂ ਉਹਨਾਂ ਤੋਂ ਕੁਛ ਕਰਾਇਆ, ਮੈਨੂੰ ਕਰਨ ਦਾ ਆਪਣੇ ਆਪ ਕਰਨ ਦਾ ਵੱਖਰਾ ਮਿਲਿਆ। ਲੇਕਿਨ ਜਿਹੜਾ ਦਰੋਣਾਚਾਰ ਅਵਾਰਡ ਆ ਮੈਨੂੰ, ਮੈਂ ਇੰਨੇ ਇੰਟਰਨੈਸ਼ਨਲ ਜਾਂ ਇੰਨੇ ਨੈਸ਼ਨਲ ਲੈਵਲ ਜਾਂ ਓਲੰਪੀਅਨ ਕੱਢੇ ਆ, ਉਹ ਗਵਰਨਮੈਂਟ ਨੇ ਦੇਖ ਕੇ ਦਿੱਤਾ ਮੈਨੂੰ। ਲੇਕਿਨ ਮੇਰਾ ਡਿਊਟੀ ਬਣਦੀ ਆ ਉਹ ਹੁਣ ਕਿ ਮੈਂ ਜੋ ਚੀਜ਼ ਪ੍ਰਾਪਤ ਕੀਤੀ ਉਹ ਮੈਂ ਆਪਣੇ ਜਿਹੜੇ ਬੱਚੇ ਆ ਛੋਟੇ ਜਾਂ ਇਹਨੂੰ ਹੋਕੀ ਜਿਸ ਕਰਕੇ ਮੈਨੂੰ ਮਿਲਿਆ ਆ ਉਹਨੂੰ ਮੈਂ ਹੋਰ ਪ੍ਰਮੋਟ ਕਰਾਂ, ਮੇਰਾ ਫਰਜ਼ ਬਣਦਾ। ਥੋੜਾ ਜਨੂੰਨ ਹੈ ਮੇਰੇ ਵਿੱਚ ਹੋਕੀ ਲਈ, ਮੇਰਾ ਬੇਟਾ ਵੀ ਹੋਕੀ ਖੇਡਦਾ, ਮੈਂ ਉਹਨੂੰ ਹੋਕੀ ਖੇਡ, ਕਿਉਂਕਿ ਮੈਨੂੰ ਸਾਰੇ ਕਹਿੰਦੇ ਤੂੰ ਨਾ ਹਾਕੀ ਕੁਛ ਨਹੀਂ ਹੈ, ਇਹਨੇ ਕੁਛ ਨਹੀਂ ਕਰਨਾ, ਮੈਂ ਤੂੰ ਕੋਈ ਨਹੀਂ ਖੇਡ ਜਿੱਦਾਂ ਚ ਉਹ ਤੂੰ ਇੰਜੋਏ ਕਰਨਾ। ਸੋ ਉਹ ਵੀ ਇਸ ਵੇਲੇ ਇੰਡੀਅਨ ਹੋਕੀ ਟੀਮ ਦੇ ਵਿੱਚ ਹੈ, ਔਰ ਜਿਹੜੇ ਕਹਿੰਦੇ ਸੀ ਵੀ ਨਹੀਂ ਖੇਡ ਸਕਦਾ ਨਹੀਂ ਕਰਦਾ, ਮੈਂ ਕਹਿੰਦਾ ਨਹੀਂ ਹਰ ਬੱਚਾ ਖੇਡ ਸਕਦਾ, ਕਿਸੇ ਲੈਵਲ ਤੇ ਜਾ ਕੇ ਖੇਡ ਸਕਦਾ। ਈਵਨ ਹੁਣ ਮੇਰੇ ਕੋਲ ਇਹ ਸਾਨੂੰ ਇਹ ਵੀ ਗੱਲਾਂ ਦੀਆਂ, 12-14 ਸਾਲ ਤੋਂ ਜੀ ਬੱਚੇ ਨੂੰ ਖਿਲਾ ਲਓ ਤੇ ਉਹ ਖੇਡੇਗਾ, ਨਹੀਂ ਤਾਂ ਨਹੀਂ ਨਹੀਂ ਮੈਂ ਨੀ ਸਮਝਦਾ। ਈਵਨ ਸਕੂਲ ਲੈਵਲ 11-12 ਕਿੱਥੇ ਜਾ ਕੇ ਵੀ ਉਹ ਖੇਡ ਸਕਦਾ 14-15-16 ਦਾ, ਲੇਕਿਨ ਉਹਦੇ ਫਿਰ ਦਿਮਾਗ 'ਚ ਇਹ ਹੋਵੇ ਮੇਰੀ ਸ਼ਾਮ ਨੂੰ ਰੋਟੀ ਮੈਂ ਤਾਂ ਖਾਣੀ ਆ ਆਪਣੀ ਆ ਕੇ ਜੇ ਮੈਂ ਗਰਾਊਂਡ 'ਚ ਗਿਆ ਜਾਂ ਸਵੇਰੇ ਮੈਂ ਆ ਗਿਆ। ਫਿਰ ਜੇ ਜਨੂੰਨ ਜਦੋਂ ਜਿਹੜਾ ਸ਼ੌਂਕ ਤੋਂ ਜਦੋਂ ਜਨੂੰਨ ਬਣ ਜਾਂਦਾ ਨਾ, ਫਿਰ ਹੀ ਹਰ ਫੀਲਡ, ਤੁਸੀਂ ਤੁਹਾਡਾ ਫੀਲਡ ਹੈ, ਤੁਸੀਂ ਮੈਂ ਦੇਖਿਆ ਤੁਸੀਂ ਜਲੰਧਰ ਆਏ ਹਾਂ, ਤੁਸੀਂ ਇੰਨਾ ਸੋਹਣਾ ਸਾਨੂੰ ਉਹ ਮੋਟੀਵੇਸ਼ਨਲ ਲੈਕਚਰ ਦਿੱਤਾ ਹੈ, ਅਸੀਂ ਇਹਦੇ ਵਿੱਚੋਂ ਵੀ ਕੁਛ ਪ੍ਰਾਪਤ ਕੀਤਾ, ਅਸੀਂ ਹਜੇ ਵੀ ਸਿੱਖਦੇ ਹਾਂ, ਅਸੀਂ ਬੱਚਿਆਂ 'ਚੋਂ ਵੀ ਕੁਛ ਸਿੱਖਦੇ ਹਾਂ ਵੀ ਇਹਨਾਂ 'ਚ ਕੀ ਹੈਗਾ, ਈਵਨ ਅਸੀਂ ਵਰਕ ਵੀ ਸਿੱਖਦੇ ਉਹਨਾਂ 'ਚੋਂ ਹਾਕੀ ਲਈ, ਵੀ ਜਿਹੜਾ ਡੋਜ ਮਾਰ ਰਿਹਾ ਛੋਟੇ ਛੋਟੇ ਬੱਚੇ ਖੇਡਦੇ ਆ, ਇਹਨਾਂ ਨੂੰ ਕਿਸੇ ਸਿਖਾਇਆ ਤਾਂ ਹੈ ਨਹੀਂ ਗਾ, ਇਹ ਨੇਚਰਲ ਹੀ ਹੈ ਇਹਦੇ 'ਚ। ਤੋ ਉਹ ਅਸੀਂ ਉਹ ਵੀ ਇੰਪਲੀਮੈਂਟ ਕਰਦੇ ਹਾਂ ਵੀ ਇਹ ਵੀ ਹੋ ਸਕਦਾ, ਇਹ ਜੇ ਬੱਚੇ ਨੇ ਕੀਤਾ ਇਹ ਗੋਡ ਗਿਫਟਡ ਆ, ਇਹਦੇ ਕੋ ਹੈਗਾ। ਸੋ ਹਰ ਟਾਈਮ ਅਸੀਂ ਲਰਨ ਕਰਦੇ ਹਾਂ। ਸੋ ਤੁਸੀਂ ਵੀ ਹੁਣ ਤੁਹਾਡਾ ਦੇਖਿਆ, ਮੈਂ ਆ ਕੇ ਬੜਾ ਖੁਸ਼ ਹੋਇਆ ਇਹ 'ਚ, ਔਰ ਇੱਕ ਪਿੰਡ ਦੇ ਵਿੱਚ ਰਹਿ ਕੇ ਇੰਨੀ ਮਿਹਨਤ ਕਰਕੇ ਇਸ ਮੁਕਾਮ 'ਤੇ ਪਹੁੰਚੇ ਹਾਂ, ਔਰ ਤੁਹਾਡੇ ਦੇ ਕਿੰਨੇ ਤੁਹਾਡੇ ਫੋਲੋਅਰ ਆ, ਖੁਸ਼ ਆ ਜੀ। ਸੋ ਇਹ ਮਿਹਨਤ ਦਾ ਸਦਕੇ ਹੈ, ਕਿਸੇ ਵੀ ਫੀਲਡ ਦੇ ਮੈਂ ਕਹਿੰਦਾ ਜਨੂੰਨ ਹੋਵੇ ਤਾਂ ਗੱਲ ਬਣਨੀ, ਥੱਲੇ ਕੁਛ ਨਹੀਂ। ਸਰ ਨੇ ਯੂ ਨੋ ਆਲਮੋਸਟ 100 ਪਲੇਅਰਸ ਆ ਜਿਹੜੇ ਕਿ ਇੰਟਰਨੈਸ਼ਨਲ ਤੇ ਓਲੰਪਿਕਸ ਜਿਹੜੇ ਆ ਉਹ ਖੇਡ ਚੁੱਕੇ ਆ। ਇਹ ਗੱਲ ਇਹ ਵੀ ਇੱਕ ਨਿਚੋੜ ਹੀ ਆ ਕਿ ਜਦੋਂ ਮੈਂ ਆਪਣੀ ਟੀਮ ਨਾਲ ਵੀ ਗੱਲ ਕਰਦੀ ਨਾ, ਮੈਂ ਉਹਨਾਂ ਨੂੰ ਇਹੀ ਕਹਿੰਦੀ ਕਿ ਅਸੀਂ ਸਮਝੋ ਕਿ ਸੇਲਸ ਟਾਰਗੇਟ ਅਚੀਵ ਕਰਨਾ ਸਾਡੀ ਜਿਹੜੀ ਆ ਪ੍ਰਾਪਤੀ ਨਹੀਂ ਆ, ਸਾਡੀ ਤਰੱਕੀ ਨਹੀਂ ਆ ਕਿ ਅੱਛਾ ਸਾਨੂੰ ਯੂ ਨੋ 1 ਕਰੋੜ ਸੇਲ ਚਾਹੀਦੀ ਤੇ ਅਸੀਂ ਕਰ ਲਈ ਤੇ ਅਸੀਂ ਖੁਸ਼ ਹਾਂ। 1 ਕਰੋੜ ਸੇਲ ਕਰਨ ਵਾਲੇ ਹੋਰ ਕਿੰਨੇ ਅਸੀਂ ਮੈਨੇਜਰ ਬਣਾਏ, ਉਹ ਸਾਡੀ ਰੀਅਲ ਪ੍ਰਾਪਤੀ ਹੈ। ਉਹੀ ਸਰ ਗੱਲ ਕਰ ਰਹੇ ਕਿ ਖੁਦ ਇੱਕ ਇੰਨੇ ਅੱਛੇ ਪਲੇਅਰ ਨੇ, ਅੱਛੇ ਕੋਚ ਨੇ, ਉੱਥੇ ਜ਼ਿੰਦਗੀ ਸੀਮਤ ਨਹੀਂ ਹੋ ਜਾਂਦੀ। ਜ਼ਿੰਦਗੀ ਅਸਲ ਜ਼ਿੰਦਗੀ ਇਹ ਹੈ ਕਿ ਤੁਹਾਡੇ ਵਿੱਚ ਕਿੰਨਾ ਕਰੇਜ ਆ ਕਿ ਤੁਸੀਂ ਆਪਣੀ ਸਾਰੀ ਨੌਲੇਜ ਕਿਸੇ ਨੂੰ ਦੇ ਦਿਓ, ਮਤਲਬ ਤੁਹਾਡੇ 'ਚ ਇਹਦੇ ਲਈ ਵੀ ਬੜਾ ਕਰੇਜ ਚਾਹੀਦਾ, ਕਿਉਂਕਿ ਜਦੋਂ ਕੋਈ ਕਿਤੇ ਪਹੁੰਚ ਜਾਂਦਾ ਤੇ ਉਹ ਦੂਜੇ ਨੂੰ ਨਹੀਂ ਦੇਣਾ ਚਾਹੁੰਦਾ, ਉਹ ਕਹਿੰਦਾ ਕਿ ਮੈਂ ਪਹੁੰਚਿਆ ਮੇਰੇ ਵਰਗਾ ਕੋਈ ਹੋਰ ਨਾ ਬਣੇ। ਪਰ ਉਹੀ ਕਿ ਜਦੋਂ ਅਸੀਂ ਦਰੋਣਾਚਾਰਿਆ ਅਵਾਰਡ ਦੀ ਗੱਲ ਕਰ ਰਹੇ ਹਾਂ ਜਾਂ ਲਾਈਫ 'ਚ ਇੰਨੀ ਸੈਟਿਸਫੈਕਸ਼ਨ ਦੀ ਗੱਲ ਕਰ ਰਹੇ ਹੋ, ਤਾਂ ਹੀ ਆਉਂਦੀ ਹੈ ਕਿ ਜੇ ਤੁਹਾਡੇ 'ਚ ਇਹ ਕਰੇਜ ਹੈ ਕਿ ਹਾਂ ਜੋ ਵੀ ਮੈਨੂੰ ਆਉਂਦਾ
मैं किसी नूं सिखाना चाहना वा, इह वाली चीज करनी, इन्ना करेज सर अपने च लैके आउणा कि मैं अपने वर्गे होर बहुत सारे रजिंदर सिंह देखना चाहना वा। इहदे बारे थोड़ा अपना व्यू पॉइंट शेयर करो, इन्ना करेज तुहाडे च किवें है कि तुसीं चाहुंदे हो कि तुहाडे वर्गे होर प्लेयर होण, तुहाडा बेटा तुहाडे वर्गा बणे, कोच बणन, ओह एम्पायर बणन किसे दिन, जिहड़ी कि कमी आ। जदों कोई किते पहुंच जांदा ते ओह इह चीज नहीं करदा, बट तुसीं कीती। इक हत्थ लैणा इक हत्थ देणा कहिंदे ना, सैक्रीफाइस तां करना ही पैंदा। तो मैं अपनी लाइफ दे विच बहुत कुछ सैक्रीफाइस कीता इन्ना कुछ प्राप्त करन लई। मैं तुहानूं दस्सदा, ईवन असीं मैरिज नहीं देखदे सी, असीं कोई फंक्शन अटेंड करदे सी, सानूं इह हुंदा असीं गेम जरूर लाउणी है। इक दूजे नूं उस वेले दा माहौल ही असीं इक दूजे नूं पुछदे सी वी तूं कल क्यों नहीं आया, जिहड़ा कि अज कल दिस नहीं रहा। सो हुण जिहड़े असीं अपने ट्रेनी आ साडे, असीं उहनां जरूर कहिंदे आ, ईवन असीं नहीं जांदे ना, हालांकि साडी कोई एड्डी ड्यूटी नहीं गी, शौंक लई कर रहे सारा कुछ, ओह सानूं पुछदे बच्चे छोटे सर तुसीं कल नहीं आए, तुसीं शामी नहीं आए, तुसीं सवेरे आए। ਉਹ ਜਿਹੜੀ ਸਾਨੂੰ ਅਜੇ ਵੀ ਪਿੰਚ ਕਰਦੀ ਗੱਲ ਵੀ ਅਸੀਂ ਲੇਟ ਨਹੀਂ ਹੋਣਾ, ਅਸੀਂ ਪਹਿਲਾਂ ਜਾਣਾ ਆ, ਤੇ ਸਾਨੂੰ ਬੱਚੇ ਜਿਹੜੇ ਸਾਡੇ ਕਰਕੇ ਖਰਾਬ ਨਾ ਹੋ। ਹੁਣ ਤੁਹਾਨੂੰ 60-70 ਬੱਚੇ ਅੜੀਕਦੇ ਜਾਂ 200 ਬੱਚੇ ਅੜੀਕਦਾ ਉੱਥੇ, ਉਹ ਅਸੀਂ ਅਜੇ ਵੀ ਆਪਣੇ ਆਪ ਨੂੰ ਫੀਲ ਕਰਦੇ ਜੇ ਅਸੀਂ ਛੁੱਟੀ ਕਰੀਏ ਜਾਂ ਕੁਛ ਕਰੀਏ। ਸੋ ਇਸ ਕਰਕੇ ਆਪਣਾ ਬਚਪਨ ਯਾਦ ਆਉਂਦਾ ਤਾਂ ਉਹਨਾਂ ਨੂੰ ਦੇਖ ਕੇ, ਆਪਣਾ ਬਚਪਨ ਉਹੀ ਤਾਂ ਹੈ, ਉਹ ਕਰਕੇ ਅਸੀਂ ਇਸ ਲੈਵਲ ਤੇ ਪਹੁੰਚੇ ਹਾਂ ਕਿ ਅਸੀਂ ਵੀ ਉਹ ਜਿਹੜਾ ਸਾਡੇ। ਈਵਨ ਮੈਂ ਤੁਹਾਨੂੰ ਦੱਸਦਾ, ਚੌਥੇ ਦਿਨ ਆਪਣੇ ਮੈਰਿਜ ਤੋਂ ਬਾਅਦ ਮੈਂ ਆਗਰੇ ਖੇਡਣ ਚਲਾ ਗਿਆ ਸੀ ਮੈਰਿਜ ਤੋਂ ਬਾਅਦ, ਕਿਉਂਕਿ ਮੇਰੀ ਟੀਮ ਮੈਨੂੰ ਚਾਹੁੰਦੀ ਸੀ। ਉੱਥੇ ਅਸੀਂ ਸੈਮੀਫਾਈਨਲ ਪਹੁੰਚੇ ਸੀਗੇ ਆਗਰੇ, ਤੁਹਾਨੂੰ ਮੈਂ ਸਾਂਝੀ ਕਰ ਲੈਣਾ ਗੱਲ। ਆਗਰੇ ਨਾਮਧਾਰੀਆਂ ਨਾਲ ਸਾਡਾ ਮੈਚ ਸੀ, ਉਹਨਾਂ ਦੇ ਕੋਚ ਨੇ ਸਾਡੇ ਕੋਚ ਨੂੰ ਚੈਲੰਜ ਕਰਤਾ ਜਾਂ ਉਹਨੇ ਆਪੋ ਵਿੱਚ ਇਕੱਠੇ ਬਹਿੰਦੇ ਸ਼ਾਮ ਨੂੰ ਬੈਠੇ ਬੁੱਟਿਆਂ ਨੇ, ਉਹਨੂੰ ਪਤਾ ਸੀ ਰਜਿੰਦਰ ਐਮਰਜੈਂਸੀ ਪਲਾਨ ਪਲੇਅਰ। ਮੈਂ ਘਰ ਵਿਆਹ ਸੀਗਾ, ਮੇਰਾ ਵਿਆਹ ਤੋਂ ਬਾਅਦ ਦੋ ਵਾਰੀ ਮੈਂ, ਦੋ ਦਿਨ ਮੈਨੇਜਰ ਆਉਂਦਾ, ਮੈਂ ਉਹਨੂੰ ਕਿਹਾ ਨਹੀਂ ਜੀ ਮੈਂ ਨਹੀਂ ਜਾਣਾ। ਉਹ ਹੈੱਡ ਆਫਿਸਰ ਫੇਰ ਕਹਿੰਦੇ ਰਜਿੰਦਰ ਨੂੰ ਭੇਜੋ ਕਿਉਂਕਿ ਚੈਲੰਜ ਮੈਚ ਆ ਸੈਮੀਫਾਈਨਲ। ਤੀਜੇ ਦਿਨ ਮੇਰੇ ਫਾਦਰ ਸਾਹਿਬ ਨੂੰ, ਤੁਹਾਨੂੰ ਸ਼ੌਕ ਦਾ ਪੇਰੈਂਟਸ ਨੂੰ ਕਿੰਨਾ ਸ਼ੌਕ ਹੁੰਦਾ, ਫਾਦਰ ਸਾਹਿਬ ਨੂੰ ਮੈਨੇਜਰ ਮਿਲ ਪਿਆ ਸਾਡੇ ਸੀਨੀਅਰ ਮੈਨੇਜਰ, ਕਹਿੰਦੇ ਵੀ ਤੁਸੀਂ ਸਰਦਾਰ ਜੀ ਕੱਲ ਵੀ ਆਏ ਸੀ ਪਰਸੋਂ ਵੀ ਆਏ, ਕੀ ਗੱਲ ਹੈ, ਕੋਈ ਪ੍ਰੋਬਲਮ ਆ? ਕਹਿੰਦੇ ਨਹੀਂ, ਇੱਦਾਂ ਇੱਦਾਂ ਮੈਚ ਆ ਸਾਡਾ, ਫਿਰ ਰਜਿੰਦਰ ਨੂੰ ਅਸੀਂ ਕਹਿੰਦੇ ਹਾਂ ਤੇ ਹਜੇ ਤਾਂ ਮਾਇੰਡ ਨਹੀਂ ਮੇਕਅਪ ਹੋ ਰਿਹਾ। ਕਹਿੰਦੇ ਨਹੀਂ ਹੋ ਜੂਗਾ, ਕੋਈ ਗੱਲ ਨਹੀਂ, ਆ ਜਾ ਤੁਸੀਂ ਚਾਹ ਪੀਓ। ਮੈਨੂੰ ਆਏ ਅੰਦਰ, ਕਹਿੰਦੇ ਬਈ ਉੱਥੇ ਮੈਚ ਆ, ਤੂੰ ਜਾਇਆ ਕੋਈ ਗੱਲ ਨਹੀਂ, ਕੀ ਪਾ 2-3 ਦਿਨ ਦਾ ਕੰਮ ਹੈ। ਰਾਤ ਨੂੰ ਮੈਂ ਚੜਿਆ ਸਵੇਰੇ ਉੱਥੇ 11 ਵਜੇ ਪਹੁੰਚਿਆ, ਅਸੀਂ ਉਹ ਸੈਮੀਫਾਈਨਲ ਜਿੱਤਿਆ, ਫਾਈਨਲ ਵੀ ਜਿੱਤਿਆ। ਔਰ ਉਹ ਜਿਹੜੀ ਦੂਸਰੀ ਟੀਮ ਸੀ, ਵਿਰੋਧੀ ਟੀਮ ਸੀ, ਜਦੋਂ ਮੈਂ ਅੰਦਰ ਗਿਆ ਹੀ ਹਾਂ ਤਾਂ ਉਹਨਾਂ ਨੂੰ ਇਹ ਭਾਜੀ ਆ ਗਿਆ, ਭਾਜੀ ਆ ਗਿਆ। ਸੋ ਅੱਧੀ ਟੀਮ ਹੋ ਸਕੇ। ਸੋ ਸ਼ੌਂਕ ਦੀ ਗੱਲ ਹੈ, ਮੈਂ ਤੁਹਾਨੂੰ ਦੱਸਦਾ ਵੀ ਅਸੀਂ ਕਈ ਕੁਛ ਛੱਡਿਆ ਵੀ ਆਪਣੇ ਲਈ, ਇਹ ਇਸ ਚੀਜ਼ ਲਈ, ਅਤੇ ਤਾਂ ਅਸੀਂ ਇੰਨਾ ਕੁਛ। ਸੋ ਮਿਹਨਤ ਕਰਕੇ ਕਈ ਕੁਛ ਗਾਉਣਾ ਵੀ ਬਣਾ ਆ ਤੇ ਆਪਣਾ ਮੁਕਾਮ ਹਾਸਲ ਕਰ ਲਈ। ਅੱਜ ਕੱਲ ਕੀ ਚੱਲ ਰਿਹਾ ਲਾਈਫ ਦੇ ਵਿੱਚ ਤੇ ਫਿਊਚਰ ਚ ਕੀ ਸੋਚ ਰਹੇ ਹੋ, ਕੀ ਆ ਜੋ ਬਾਕੀ ਰਹਿ ਗਿਆ? ਬਾਕੀ ਜਿਹੜਾ ਹਜੇ ਸਾਰਾ ਸਾਡੇ ਕੋਲ ਆ ਆਪਣਾ, ਉਹ ਅਸੀਂ ਨਵੀਂ ਜਨਰੇਸ਼ਨ ਆ ਉਹਨੂੰ ਅਸੀਂ ਮੈਂ ਪਾਸ ਆਊਟ ਕਰਨਾ ਚਾਹੁੰਦਾ, ਕਿਉਂਕਿ ਮੇਰੇ ਕੋਲ ਅਜੇ ਵੀ ਬੱਚੇ ਆਉਂਦੇ 8-8 ਸਾਲ ਦੇ, 7-7 ਸਾਲ ਦੇ, ਗਰਾਊਂਡ ਦੇ ਵਿੱਚ ਤੁਹਾਨੂੰ ਸਵੇਰੇ ਤੁਸੀਂ ਦੇਖ ਹੀ ਆਏ ਮਾਹੌਲ, ਜਲੰਧਰ ਜਾ ਕੇ ਸਟੇਡੀਅਮ, ਸੁਰਜੀਤ ਹਾਕੀ ਸਟੇਡੀਅਮ ਦੇ ਵਿੱਚ ਸੁਰਜੀਤ ਸੋਸਾਇਟੀ ਦਾ, ਔਰ ਅਸੀਂ ਉਹ ਵਰਕ ਕਰ ਰਹੇ ਹਾਂ, ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ। 250 ਬੱਚਾ ਸਾਡੇ ਕੋਲ ਵੀ, ਅਸੀਂ ਖਾਲਸਾ ਕਾਲਜ ਆਪਣੀ ਪ੍ਰੈਕਟਿਸ ਕਰਾ ਰਹੇ ਹਾਂ ਬੱਚਿਆਂ ਨੂੰ, ਕਿਉਂਕਿ ਹੁਣ ਲੋਕਡਾਊਨ ਉੱਥੇ ਜਲੰਧਰ ਦੇ ਵਿੱਚ ਬੰਦ ਕੀਤਾ, ਲੇਕਿਨ ਅਸੀਂ ਖਾਲਸਾ ਕਾਲਜ ਫੇਰ 50-60 ਬੱਚੇ ਸਾਡੇ ਕੋਲ ਉੱਥੇ ਆ। ਈਵਨ ਬਾਬਾ ਬੋਧੀ ਕਲੱਬ ਆ, ਉਹ ਵੀ ਉੱਥੇ ਪ੍ਰੈਕਟਿਸ ਕਰਦੇ ਸੀ, ਉਹਨਾਂ ਦਾ ਵੀ ਨਾਲ ਸਾਥ ਦੇ ਰਹੇ। ਸੋ ਸਾਡਾ ਜਿਹੜਾ ਮਿਸ਼ਨ ਹਾਕੀ ਮੇਰਾ ਤਾਂ ਇਹ ਆ, ਮਿਸ਼ਨ ਹਾਕੀ ਆ, ਜਿੱਦਾਂ ਮੈਂ ਕਹਿੰਦਾ ਵੀ ਹਾਕੀ ਤੋਂ ਬਗੈਰ ਨਹੀਂ ਰਹਿ ਸਕਦਾ। ਹੁਣ ਕਰੰਟਲੀ ਸਰ ਸੁਰਜੀਤ ਹਾਕੀ ਅਕੈਡਮੀ, ਜਿੱਥੇ ਥੋੜੇ ਦਿਨ ਪਹਿਲਾਂ ਮੈਂ ਫੋਟੋਜ਼ ਪਾਈਆਂ ਸੀ, ਸੋ ਉੱਥੇ ਮੈਂ ਗਈ ਸੀ, ਉੱਥੇ ਮੈਂ ਸਰ ਨੂੰ ਮਿਲੀ ਆ। ਸਰ ਉੱਥੇ ਕੋਚਿੰਗ ਦਿੰਦੇ ਨੇ ਬੱਚਿਆਂ ਨੂੰ, ਅਰਾਊਂਡ 250 ਸਟੂਡੈਂਟਸ ਨੇ ਉੱਥੇ। ਕਦੀ ਮਿਲਣਾ ਹੋਵੇ ਸਰ ਨੂੰ ਤੇ ਤੁਸੀਂ ਇਹਨਾਂ ਸੁਰਜੀਤ ਹਾਕੀ ਅਕੈਡਮੀ ਜਾ ਕੇ ਮਿਲ ਸਕਦੇ ਹੋ, ਮਾਰਨਿੰਗ 'ਚ ਤਕਰੀਬਨ ਸਰ ਉੱਥੇ ਹੁੰਦੇ ਨੇ। ਜਿਹੜੀ ਆਡੀਅੰਸ ਸਰ ਤੁਹਾਨੂੰ ਸੁਣ ਰਹੀ ਆ, ਉਹਨਾਂ ਲਈ ਕੀ ਮੈਸੇਜ ਤੁਹਾਡਾ, ਕੀ ਜ਼ਿੰਦਗੀ ਦਾ ਨਿਚੋੜ ਦੱਸੋ ਕਿ ਸਾਰਾ ਕੁਛ ਮਿਲ ਜਾਂਦਾ ਪਰ ਉਹਨੂੰ ਤੁਸੀਂ ਹਰ ਮੁਕਾਮ ਤੱਕ ਪਹੁੰਚ ਸਕਦੇ ਹੋ, ਤੇ ਕੀ ਨਾ ਛੱਡੋ ਆਪਣੀ ਜ਼ਿੰਦਗੀ ਦੇ, ਕਿਹੜੇ ਅਸੂਲ ਨਾ ਛੱਡੋ? ਇੱਕ ਤਾਂ ਤੁਹਾਡੀ ਜਿਹੜੀ ਆ ਡੈਡੀਕੇਸ਼ਨ ਕਹਿੰਦੇ ਆਪਾਂ, ਉਹ ਚਾਹੀਦੀ ਹਰ ਕੰਮ ਲਈ, ਜਿੱਥੇ ਵੀ ਤੁਸੀਂ, ਇਹ ਮੈਂ ਕਹਿੰਦਾ ਸਪੋਰਟਸ ਹੀ ਆ, ਜਿੱਥੇ ਵੀ ਤੁਸੀਂ ਵਰਕ ਕਰ ਰਹੇ ਹੋ ਉਹਦੇ ਪੂਰੀ ਡੈਡੀਕੇਸ਼ਨ ਚਾਹੀਦੀ ਹੈ। ਇੱਕ ਕੰਮ ਹੁੰਦਾ, ਮੈਂ ਜੋਬ ਕਰ ਰਿਹਾ ਜੀ, ਮੈਂ ਬਦੋਗਿਰੀ ਕਰ ਰਿਹਾ ਨਾ, ਉਹਨੂੰ ਬਦੋ ਸ਼ੌਂਕ ਨਾ ਕਰੋ, ਉਹ ਵਧੀਆ ਹੋਏਗੀ। ਦੂਸਰਾ ਇਹ ਸੋਚੋ ਵੀ ਅਸੀਂ ਜੇ ਸਮਾਜ 'ਚ ਰਹਿੰਦੇ, ਅਸੀਂ ਉਹਨੂੰ ਕੰਟਰੀਬਿਊਟ ਵੀ ਕਰਨਾ ਹੈ, ਅਸੀਂ ਉਹਦੇ ਨਾਲ ਲੈ ਕੇ, ਇਕੱਲੇ ਨਹੀਂ ਚੱਲ ਸਕਦੇ, ਉਹਨਾਂ ਨਾਲ ਲੈ ਕੇ ਚੱਲਣਾ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਸਾਰੇ ਇਕੱਠੇ ਰਹੋ ਕੇ ਚੱਲਣਾ। ਸੋ ਸਪੋਰਟਸ ਕਰਾਓ, ਸਪੋਰਟਸ ਦੇ ਨਾਲ ਇਹ ਆ ਵੀ ਸਾਡਾ ਜਿਹੜਾ ਬੱਚਾ ਆ ਉਹਦੀ ਹੈਲਥ ਠੀਕ ਰਹੂਗੀ, ਉਹ ਮੈਂਟਲੀ ਆਪੇ ਠੀਕ ਹੋਏਗਾ, ਔਰ ਇੱਕ ਚੰਗਾ ਸਿਟੀਜਨ ਬਣੇਗਾ। ਸਵੇਰੇ ਸ਼ਾਮ ਦਾ ਟਾਈਮ ਦਾ ਉੱਠਣਾ, ਉਹਦਾ ਇੱਕ ਸਪੋਰਟਸਮੈਨ ਬਣਨਾ, ਉਹਦਾ ਉਹਦੇ 'ਚ ਡਿਸਿਪਲਿਨ ਆ ਜਾਏਗਾ, ਟਾਈਮ 'ਤੇ ਸੌਣਾ ਆ, ਟਾਈਮ 'ਤੇ ਉੱਠਣਾ, ਟਾਈਮ 'ਤੇ ਖਾਣਾ ਆ, ਸੋ ਹਰ ਚੀਜ਼ ਦੇ ਵਿੱਚ ਉਹ ਆ ਜਾਏਗਾ। ਸੋ ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇੱਕ ਚੰਗੇ ਸਿਟੀਜਨ ਬਣੋ,
ਚਾਹੇ ਕਿਸੇ ਫੀਲਡ ਕਰਕੇ ਬਣੋ, ਲੇਕਿਨ ਤੁਹਾਡਾ ਕਿਉਂਕਿ ਇਸ ਦੁਨੀਆਂ ਤੋਂ ਜਾਣਾ ਹਰ ਇੱਕ ਨਹੀਂ ਹੈ, ਲੇਕਿਨ ਉਹ ਆਪਣੀ ਇੱਕ ਹਿਸਟਰੀ ਬਣਾ ਕੇ ਜਾਓ, ਕ੍ਰੀਏਟ ਕਰਕੇ ਜਾਓ ਕਿ ਮੈਂ ਇਹ ਕਰਕੇ ਚੱਲਿਆ, ਜਾਂ ਤੁਹਾਨੂੰ ਆਉਣ ਵਾਲਾ ਜ਼ਮਾਨਾ ਵੀ ਯਾਦ ਕਰੇ, ਆਉਣ ਵਾਲਾ ਜ਼ਮਾਨਾ ਵੀ ਜਿਹੜਾ ਉਹ ਯਾਦ ਕਰੇ ਤੇ. ਪਰ ਇੱਕ ਕੁਐਸਚਨ ਹਜੇ ਬਚਿਆ ਸਰ ਨੂੰ, ਮੈਂ ਪੁੱਛਣਾ ਸਰ, ਤੁਹਾਡਾ ਬੇਟਾ ਵੀ ਇੰਡੀਆ ਖੇਡ ਰਿਹਾ? ਬਚਪਨ ਚ ਹਾਕੀ ਨੀ ਖੇਡਦਾ ਸੀ, ਸਿਰਫ ਜਦੋਂ ਉਹਨੇ ਸਕੂਲੋਂ ਆਉਣਾ, ਮੇਰੇ ਜਾਣ ਦਾ ਟਾਈਮ ਹੁੰਦਾ ਗਰਾਉਂਡ ਚ, ਉਹਨੇ ਥੋੜੀ ਜਿਹੀ ਜਿੱਦ ਕਰਨਾ ਵੀ ਮੈਨੂੰ ਨਾਲ ਲੈ ਕੇ ਚੱਲੋ ਮੈਂ ਸਕੂਲ, ਮੈਂ ਉਹਨੂੰ ਕਹਿਣਾ ਤੂੰ ਆਪਣਾ ਹੋਮਵਰਕ ਦਿਖਾ ਦੇ ਤੇ ਮੈਨੂੰ ਕਰਕੇ ਅੱਧੇ ਘੰਟੇ ਜਾਂ ਕੋਈ ਐਸੇ ਜਾਂ ਲੈਟਰ ਜਾਂ ਕੋਈ ਵੀ ਤੁਹਾਨੂੰ ਐਪਲੀਕੇਸ਼ਨ ਮਿਲੀ ਉਹ ਮੈਨੂੰ ਯਾਦ ਕਰਕੇ ਦੱਸ ਦੇ, ਤਾਂ ਫਿਰ ਨਾਲ ਚੱਲੀ. ਉਹ ਇੰਨਾ ਕੁਇਕ ਸੀ ਕਿ ਉਹ ਅੱਧੇ ਘੰਟੇ ਲਈ ਨਾਲ ਸੁਣ ਲਓ ਜੀ, ਨਾਲ ਜਾਣ ਦਾ ਸ਼ੌਂਕ ਸੀ ਉਹਨੂੰ. ਸਕੂਲ ਚ ਹਾਕੀ ਨੀ ਸੀ, ਜਿੱਦਾਂ ਕਹਿੰਦੇ ਨੇ ਗਰਾਊਂਡ ਹੀ ਹੈ ਨੀ ਸੀਗੀ, ਉਹ ਸਕੂਲ ਚ ਪੜ੍ਹਦਾ ਸੀ, ਲਾਗੇ ਸਕੂਲ ਸੀ ਸਾਨੂੰ, ਕਿਉਂਕਿ ਮੈਂ ਜ਼ਿਆਦਾ ਬਾਹਰ ਹੀ ਰਹਿੰਦਾ ਸੀਗਾ, ਮਿਸਰੀ ਨੂੰ ਉਹ ਸੀ ਕਿ ਲਾਗੇ ਆ ਮੈਂ ਲੈ ਕੇ ਚੱਲ ਆ ਜਾਊਗਾ ਚਲੇ ਜਾਊਗਾ ਉਸ ਗਰਾਊਂਡ. ਉਸ ਤੋਂ ਬਾਅਦ ਜਦੋਂ ਉਹਨੇ ਦਸਵੀਂ ਪਾਸ ਕਰ ਲਈ, ਦਸਵੀਂ ਪਾਸ ਕਰਨ ਤੋਂ ਕਹਿੰਦਾ ਮੈਂ ਹਾਕੀ ਖੇਡਣੀ ਆ, ਈਵਨ ਉਹਦੇ 94% ਉਹਦੇ CBSE ਚੋਂ ਨੰਬਰ ਸੀਗੇ, ਤੇ ਮੈਂ ਕਿਹਾ ਵੀ ਹੁਣ ਤਾਂ ਲੇਟ ਹੈ ਤੂੰ ਬਹੁਤ, ਹੁਣ ਤੂੰ ਖੇਡ ਨਹੀਂ ਸਕਦਾ ਤੇ ਤੈਨੂੰ ਬਹੁਤ ਕੁਛ ਕਰਨਾ ਵਾ. ਕਹਿੰਦਾ ਮੈਂ ਖੇਡਣੀ ਆ, ਈਵਨ ਲੋਕਾਂ ਨੇ ਵੀ ਉਹਨੂੰ ਕਿਹਾ ਉਹਨੂੰ ਗੋਲਫ ਖਿਲਾਓ, ਗੋਲਫ ਵੀ ਗਿਆ ਰਿਹਾ, ਵਧੀਆ ਖੇਡਦੇ ਗੋਲਫ ਵੀ, ਕ੍ਰਿਕਟ ਵੀ ਵਧੀਆ ਖੇਡਣ ਲੱਗ ਪਿਆ, ਲੇਕਿਨ ਉਹਦਾ ਮਨ ਜਿਹੜਾ ਸੀ ਉਹ ਸੀ ਮੈਂ ਇੱਕ ਦਿਨ ਗੋਲਫ ਛੱਡ ਕੇ ਆਇਆ ਉਹਨੂੰ ਖੇਡਣ ਲਈ, 15 ਦਿਨ ਚੰਗਾ ਖੇਡਦਾ, ਕੋਚ ਕਹਿੰਦਾ ਵੀ ਉਹਨੂੰ ਖਿਲਾਓ ਬਹੁਤ ਵਧੀਆ ਖੇਡਦਾ ਆ, ਕਿਉਂਕਿ ਟੇਲੈਂਟ ਤਾਂ ਸੀਗਾ ਹੀ. ਉਹ ਕਹਿੰਦਾ ਹਫ਼ਤੇ ਹੀ ਬ੍ਰੇਕ ਹੈ, ਹਫ਼ਤੇ ਬਾਅਦ ਆਇਓ ਹੁਣ. ਮੈਂ ਕਿਹਾ ਠੀਕ ਹੈ. ਜਦੋਂ ਹਫ਼ਤੇ ਬਾਅਦ ਉਹਨੂੰ ਮੈਂ ਕਿਹਾ ਚੱਲ ਚੱਲੀਏ ਵੀ ਤੈਨੂੰ ਛੱਡਿਆ ਮੈਂ ਉੱਥੇ, ਕਹਿੰਦਾ ਨਹੀਂ ਮੈਂ ਨਹੀਂ ਜਾਣਾ, ਕੋਈ ਗੇਮ ਹੈ, ਮੈਂ ਖੜੇ ਰਹਿੰਦੇ ਆ, ਮੈਂ ਤਾਂ ਭੱਜਣ ਨੱਠਣ ਵਾਲੀ ਕਰਦੀ. ਈਵਨ ਉਹਨੇ ਕਾਲਜ 'ਚ ਜਾ ਕੇ ਜਿਹੜਾ ਨਾ ਆਪਣਾ ਸਹੀ ਹਥਿਆਰ, ਕਹਿੰਦਾ ਮੈਂ ਤਾਂ ਹੁਣ ਖੇਡਣੀ ਆ. ਹੁਣ ਦੇਖੋ ਉਹਦੇ ਵਿੱਚ ਡੈਡੀਕੇਸ਼ਨ, ਤੁਹਾਨੂੰ ਜਿਹੜੀ ਕਹਿੰਦਾ ਉਹਦੇ ਵਿੱਚ ਇੰਨਾ ਹੋ ਗਿਆ ਵੀ ਮੈਂ ਹਾਕੀ ਖੇਡਣੀ ਆ. ਅਸੀਂ ਕੈਨੇਡਾ ਦਾ ਵੀਜ਼ਾ ਲਾਇਆ, ਅਮਰੀਕਾ ਦਾ ਵੀਜ਼ਾ ਲਾਇਆ, ਸਾਰੀ ਫੈਮਿਲੀ ਨੇ ਉਹਦਾ ਵੀ ਨਾਲ ਲਾਇਆ, ਛੁੱਟੀਆਂ ਮਈ ਜੂਨ ਦੀਆਂ ਸੀ. ਕਹਿੰਦਾ ਮੈਂ ਨਹੀਂ ਜਾਣਾ, ਤੁਸੀਂ ਜਾਓ ਸਾਰੇ, ਮੇਰੇ 2 ਮਹੀਨੇ ਤੁਸੀਂ ਖਰਾਬ ਕਰਨੇ ਆ, ਤੁਸੀਂ ਮੇਰਾ ਟੈਸਟ ਲੈ ਜਾਓ, ਜਿਮ ਦਾ ਵੀ ਲੈ ਦੋ, ਆ ਕੇ ਮੇਰਾ ਟੈਸਟ ਲੈ ਲਓ. ਫਿਰ ਮੇਰੇ ਦਿਮਾਗ ਚ ਆ ਵੀ ਪਲੇਅਰ ਬਣ ਗਿਆ, ਹੁਣ ਪਲੇਅਰ ਬਣੇਗਾ. ਫਿਰ ਹੁਣ ਮੈਂ ਬੈਠ ਕੇ ਸਮਝਾਤਾ ਵੀ ਦੇਖ, ਮੇਰੇ ਤੋਂ ਕੋਈ ਆਸ ਨਾ ਰੱਖੀ, ਹਾਰਡ ਵਰਕ ਜ਼ਰੂਰ ਕਰੂੰਗਾ, ਮੈਂ ਕਹਿ ਨਹੀਂ ਸਕਦਾ ਕਿਸੇ ਨੂੰ, ਕਿਉਂਕਿ ਮੈਂ ਹਜੇ ਅਜੇ ਤੱਕ ਆਪਣਾ ਕੰਮ ਜਿਹੜਾ ਹੈ ਬਿਲਕੁਲ ਮੈਨੂੰ ਕੋਈ ਐਲੀਗੇਸ਼ਨ ਨਹੀਂ ਕਰਦਾ. ਕਹਿੰਦਾ ਮੈਂ ਕਰੂੰਗਾ, ਮੈਂ ਕਿਹਾ ਤੇਰੇ ਮੇਰੇ ਨਾਂ ਦਾ ਤੈਨੂੰ ਨੁਕਸਾਨ ਵੀ ਹੋਣਾ, ਕਿਉਂਕਿ ਅਸੀਂ ਸਹੀ ਕੰਮ ਕੀਤੇ ਆ, ਵਿਰੋਧੀ ਹਰ ਜਗ੍ਹਾ ਹੁੰਦੇ, ਉਹਨਾਂ ਨੇ ਵੀ ਤੈਨੂੰ ਕਰਨਾ. ਈਵਨ ਕੋਚ ਵੀ ਕਹਿਣਾ ਵੀ ਨਾ ਹਾਕੀ ਲੇਟ ਹੈ, ਮੈਂ ਕਹਿੰਦਾ ਇਹ ਤਾਂ ਫਰਜ਼ ਹੈ, ਜਾਣਾ ਮੈਂ ਲੈ. ਫਿਰ ਮੈਂ ਆਪਣੀ ਸੀਨੀਅਰ ਟੀਮ ਨੂੰ, ਜਿਹੜੀ ਬੈਂਕ ਦੀ ਟੀਮ ਸੀ ਉਹਨੂੰ ਛੱਡ ਕੇ, ਜਿਹੜੀ ਅਕੈਡਮੀ ਟੀਮ ਸੀ ਉਹਨੂੰ ਲਿਆ, ਦੋਨਾਂ ਦਾ ਚਾਰਜ ਤਾਂ ਸੀਗਾ, ਲੇਕਿਨ ਜ਼ਿਆਦਾ ਉੱਤੇ ਫਿਰ ਕਾਲਜ ਦੀ ਟੀਮ ਸੀ, ਕਿਉਂਕਿ ਉੱਥੋਂ ਉਹਦੇ ਵਿੱਚੋਂ ਦੇਖੋ ਇੰਨੀ ਅਸੀਂ ਮਿਹਨਤ ਕੀਤੀ ਆ, ਉਹ ਜਿਹੜੇ 25 ਬੱਚੇ ਸੀ ਨਾ ਕਾਲਜ ਦੇ, ਉਹ 25 ਦੇ 25 ਜੋਬ 'ਤੇ ਲੱਗੇ, ਉਹਦੇ ਵਿੱਚੋਂ 7-8 ਬੱਚੇ ਇੰਡੀਆ ਖੇਡੇ, ਔਰ ਜਿਹੜੇ ਕਿ 7 ਲਖਨਊ ਵਿੱਚ ਜਿਹੜੀ ਵਰਲਡ ਕੱਪ ਹੈ ਜੂਨੀਅਰ, ਉਹਦੇ ਵਿੱਚ ਸੀ ਗੋਲਡ ਮੈਡਲ ਜਿੱਤਿਆ ਉਹਨਾਂ ਨੇ. ਇਹ ਵੀ ਇੰਨੀ ਮਿਹਨਤ ਕਰਦਾ, ਈਵਨ ਘਰ ਵੀ ਸਾਡੀ ਲੜਾਈ ਵੀ ਜਿਵੇਂ ਸਖ਼ਤ, ਇਹ ਤਾਂ ਹੈ ਨਹੀਂ ਵੀ ਏਸੀ 'ਚ ਬਹਿ ਕੇ ਕੰਮ ਕਰ ਲਓ, ਗਰਾਊਂਡ ਜਾਣਾ ਪੈਣਾ ਹੈ, ਕਈ ਵਾਰੀ ਸਖ਼ਤੀ ਵੀ ਵਰਤਣੀ ਪੈਂਦੀ, ਹਾਕੀ ਵੀ ਖੋਣੀ ਪੈਂਦੀ ਸੀਗੀ, ਘਰ ਜਾ ਕੇ ਵੀ ਤੂੰ ਤੂੰ ਮੈਂ ਹੁੰਦੀ ਸੀ ਆਪਸ ਵਿੱਚ ਹੀ ਵੀ ਨਹੀਂ ਇਹ ਤੂੰ ਇਹਨਾਂ ਨਾਲ ਇਹਨਾਂ ਨੂੰ ਇਹਨਾਂ ਨਾਲ ਦਬਾਅ ਪਾਓ, ਨਾ ਮੈਂ ਤੁਹਾਨੂੰ ਇਹ ਕਿਹਾ ਵੀ ਤੂੰ ਪੜ੍ਹਾਈ ਛੱਡਤੀ ਆ, ਇਹ ਲਾਈਨ ਤੇਰੀ ਹੋ ਗਈ ਆ, ਇਹ ਹੁਣ ਉੱਪਰ ਹੀ ਜਾਵੇ. ਕੱਲ ਨੂੰ ਮੈਨੂੰ ਲੋਕਾਂ ਨੇ ਲੈ ਹੋਰ ਪਲੇਅਰ ਤਾਂ ਕਹਿੰਦੇ ਅਸੀਂ ਬਣਾ ਤੇ, ਆਪਣੇ ਬੇਟੇ ਨੂੰ ਤਾਂ ਬਣਾ ਨਹੀਂ ਸਕਿਆ. ਸੋ ਉਹ ਵੀ ਮੈਂ ਮੇਰੇ ਦਿਮਾਗ ਦੇ ਵਿੱਚ ਸੀਗਾ ਵੀ ਲੋਕੀ ਜਿਹੜੇ ਕਹਿੰਦੇ ਆ, ਮੈਂ ਇਹ ਵੀ ਚੈਲੰਜ ਮੈਨੂੰ ਕਬੂਲ ਆ ਵੀ ਇਹ ਨਹੀਂ ਬਣ ਸਕਦਾ, ਮੈਂ ਬਣਾਉਣਾ ਇਹਨੂੰ. ਸੋ ਉਹਨੇ ਬੱਚੇ ਨੇ ਬਹੁਤ ਮਿਹਨਤ ਕੀਤੀ, ਈਵਨ 3 ਸੈਸ਼ਨ ਸਵੇਰੇ, ਦੁਪਹਿਰੇ ਤੇ ਸ਼ਾਮ, ਗਰਮੀਆਂ 'ਚ 3 ਸੈਸ਼ਨ ਉਹ ਲਾਉਂਦਾ ਰਿਹਾ. ਉਹਨੇ ਬਹੁਤ ਮਿਹਨਤ ਕੀਤੀ ਔਰ ਇੰਡੀਵਿਜੁਅਲ, ਔਰ ਇਹ ਮੈਂ ਨਹੀਂ ਕਹਿੰਦਾ, ਤੁਸੀਂ ਸਾਰਿਆਂ ਨੂੰ ਪੁੱਛਦਾ, ਇਸ ਵੇਲੇ ਨੰਬਰ 1 ਉਹ ਫਿਟਨੈਸ 'ਚ ਇੰਡੀਆ ਦੀ ਟੀਮ 'ਚ, 30 ਚੋਂ ਜਿਮ ਦੇ ਵਿੱਚ ਨੰਬਰ 1 ਹੈ, ਗੇਮ ਜਸਕਰਨ, ਜਸਕਰਨ ਹਾਂ, ਤੇ ਉਹ ਨੰਬਰ 1 ਹੈ ਉਹ ਇਸ ਵੇਲੇ ਫਿਟਨੈਸ ਦੇ ਵਿੱਚ, ਜਾਣੀ ਕਿ ਉਹਦੀ ਫਿਟਨੈਸ ਇੰਨੀ ਵਧੀਆ ਹੈ, ਗੇਮ ਵੀ ਵਿੱਚ ਵੀ ਇੱਕ ਐਸਾ ਬੱਚਾ ਜਿਹੜਾ ਕਿ ਨਾ ਕੋਈ ਜੂਨੀਅਰ ਖੇਡਿਆ ਨਾ ਕੋਈ ਸਬ ਜੂਨੀਅਰ ਖੇਡਿਆ, ਸਿੱਧਾ ਇੰਡੀਆ ਦੀ ਟੀਮ ਦੇ ਵਿੱਚ ਉਹਦੀ ਸੀਨੀਅਰ ਟੀਮ 'ਚ ਐਂਟਰੀ ਹੈ, ਕਿਉਂਕਿ ਉਹਦਾ ਕੋਚ ਹੀ ਉਹ ਹੀ ਰਿਹਾ ਜਿਹੜਾ ਤੁਸੀਂ ਉਹਨੇ ਹਰ ਲੈਵਲ ਤੇ ਸਿੱਖ ਕੇ ਆਉਣਾ ਸੀ, ਉਹਦੇ ਕੋਲ ਕਰੇ ਉਹ ਚੀਜ਼ ਹੈਗੀ ਸੀ. ਸੋ ਵੈਰੀ ਨਾਈਸ, ਬਹੁਤ ਹੀ ਸਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ, ਤੇ ਬੜਾ ਕੁਝ ਸਾਨੂੰ ਅੱਜ ਸਿੱਖਣ ਨੂੰ ਮਿਲਿਆ. ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ, ਜਿਹੜਾ ਸਾਨੂੰ ਤੁਸੀਂ ਇੱਥੇ ਬੁਲਾਇਆ ਆ, ਇੰਨੇ ਦਰਸ਼ਕਾਂ ਦੇ ਰੂਬਰੂ ਕੀਤਾ ਆ, ਔਰ ਅਸੀਂ ਤਾਂ ਆਪ ਤੁਹਾਡੀ ਸਪੀਚ ਸੁਣ ਕੇ ਉਦਣ ਹੀ ਮਨ ਬਣਾ ਲਿਆ ਸੀ, ਹੋ ਸਕਦਾ ਮੈਂ ਤੁਹਾਨੂੰ ਰਿਕੁਐਸਟ ਵੀ ਭੇਜੀ ਵੀ ਤੁਹਾਨੂੰ ਇੰਨੇ ਵਧੀਆ ਵਿਚਾਰ ਮੈਨੂੰ ਮਿਲੇ,
ਮੈਂ ਤੁਹਾਨੂੰ ਰਿਕੁਐਸਟ ਵੀ ਭੇਜੀ ਸੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਥੈਂਕ ਯੂ ਸੋ ਆਈ ਹੋਪ ਕਿ ਸਾਡੀ ਆਡੀਅੰਸ ਨੂੰ ਅੱਜ ਦਾ ਐਪੀਸੋਡ ਬਹੁਤ ਅੱਛਾ ਲੱਗਾ ਹੋਏਗਾ ਤੇ ਇਹਨੂੰ ਮੈਨੂੰ ਆਪਣੇ ਪੂਰੇ ਸ਼ੋਅ ਦੀ ਅਚੀਵਮੈਂਟ ਲੱਗਦੀ ਆ ਬੜਾ ਮੈਨੂੰ ਅੱਛਾ ਫੀਲ ਹੁੰਦਾ ਕਿ ਜਦੋਂ ਸਰ ਜੀਆਂ ਪਰਸਨੈਲਿਟੀਜ਼ ਸਾਡੇ ਸ਼ੋਅ ਤੇ ਆਉਂਦੀਆਂ ਨੇ ਬਿਕੋਜ਼ ਪੰਜਾਬ ਨੂੰ ਬਹੁਤ ਮੋਟੀਵੇਸ਼ਨ ਦੀ ਜ਼ਰੂਰਤ ਆ ਬੜੇ ਇੰਸਪੀਰੇਸ਼ਨ ਦੀ ਜ਼ਰੂਰਤ ਆ ਸਰ ਵੀ ਉਹਨਾਂ ਚੋਂ ਐਗਜ਼ਾਮਪਲ ਨੇ ਕਿ ਜਿਹੜੇ ਪਿੰਡਾਂ ਚੋਂ ਉੱਠੇ ਨੇ ਮਿਹਨਤ ਸਦਕਾ ਇੱਥੋਂ ਤੱਕ ਜਿਹੜਾ ਪਹੁੰਚੇ ਨੇ ਹਰ ਚੀਜ਼ ਜਿਹੜੀ ਆ ਉਹ ਇਹ ਨਹੀਂ ਕਿ ਅਸੀਂ ਹਮੇਸ਼ਾ ਹੀ ਸੋਚੀਏ ਕਿ ਅਸੀਂ ਦੂਜੇ ਕੰਟਰੀ ਚੱਲ ਜਾਈਏ ਜਾਂ ਅਸੀਂ ਸੌਖਾ ਰਸਤਾ ਅਪਣਾ ਲਈਏ ਜਾਂ ਅਸੀਂ 2 ਸਾਲਾਂ 'ਚ ਇਹ ਕੰਮ ਕਰ ਲਈਏ ਸੋ ਜ਼ਿੰਦਗੀ 'ਚ ਵਾਕਈ ਕੁਛ ਬਣਨ ਲਈ ਬੜੇ ਸਾਲ ਲੱਗਦੇ ਨੇ ਬੜੀ ਮਿਹਨਤ ਲੱਗਦੀ ਆ ਬਹੁਤ ਘੰਟੇ ਲੱਗਦੇ ਨੇ ਜ਼ਿੰਦਗੀ ਦੇ ਤੇ ਹਰ ਤਰ੍ਹਾਂ ਦਾ ਮੈਂਟਲ ਫਿਜ਼ੀਕਲ ਪ੍ਰੋਬਲਮ ਸਹਿਣੀਆਂ ਪੈਂਦੀਆਂ ਨੇ ਆਪਾਂ ਜ਼ਿੰਦਗੀ 'ਚ ਉਹੀ ਕਿ ਸੋਲ ਨਹੀਂ ਬਣਨਾ ਆਪਣੀ ਫੀਲਡ 'ਚ ਤੇ ਘੱਟੋ ਘੱਟ ਸੋਲ ਨਹੀਂ ਬਣਨਾ ਜੇ ਅਸੀਂ ਪੜ੍ਹਦੇ ਹਾਂ ਤੇ ਬਹੁਤ ਅੱਛਾ ਪੜ੍ਹਨਾ ਜੇ ਅਸੀਂ ਖੇਡਦੇ ਹਾਂ ਤੇ ਬਹੁਤ ਅੱਛਾ ਖੇਡਣਾ ਤੇ ਜੇ ਅਸੀਂ ਗਾਉਂਦੇ ਹੀ ਹਾਂ ਸਪੋਜ਼ ਤੇ ਅਸੀਂ ਉਹ ਵੀ ਇਹਨੂੰ ਅਵਲ ਆਉਣਾ ਬਹੁਤ ਜ਼ਰੂਰੀ ਹੈ ਭਾਵੇਂ ਕੋਈ ਵੀ ਸਬਜੈਕਟ ਹੋਵੇ ਭਾਵੇਂ ਪੰਜਾਬੀ ਹੋਵੇ ਭਾਵੇਂ ਖੇਡ ਹੋਵੇ ਭਾਵੇਂ ਮੈਥਸ ਹੋਵੇ ਕਿ ਜ਼ਿੰਦਗੀ 'ਚ ਨੰਬਰ 1 ਬਣਨਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਸੋ ਥੈਂਕ ਯੂ ਸੋ ਮਚ ਫੋਰ ਵਾਚਿੰਗ ਮਨਦੀਪ ਕੌਰ ਸਿੱਧੂ ਸ਼ੋਅ